उदो फिर घरदियां लग्गिया भी ये मरूगा, ये तो कोई करिए हल। फिर उन्होंने सेंटर हिमाचल दे विच प्लैनिंगां करदा हुंदा सी जे वी जिवें मेरे नाल इत्थे होई जांदी जाके मैं भी इन्हां नाल ही करनी, वी मैं कुट्टणे आ, मैं जाके मार देने आ, वी जां तां इन्हां नूं जहर दे देना जां किसे तों मरवा देना। 2 महीने बाद मेरे घर दे मैनूं मिलण आए ते मां मेरी दूर खड़ी हो जफ्फी पाउण लई आए बाहां हट के। उदन से मैनूं शर्म आई वी सिकंदरा तूं इन्हां नूं जहर देण नूं फिरदा, तेरे लई फल लै के। उदू बाद मैनू आए नू फिर पता लग्या भी जिहड़ी मेरी सेंटर की फीस सी मेरी माँ ने आपदियां वालियां बेच के भर, मतलब माँ भी नहीं हार शिंगार करके तोरी भी तू इह जिहा भी जिहड़ा उहदे पाया सी तू वह भी लभा लिया, भी शर्म आउंदी रहे। परची हजे भी मेरी मतलब जेब च रहिंदी है। पंजाबी न्यूज़ ऑनलाइन देखते दे सारे दर्शकों जी आया दोस्तों, मैं सुखनैप सिंह सिद्धू अज पिंड ढुड्डी के तो सांझ पा रहा। ढुड्डी के एक इतिहासक पिंड है, बड़िया बड़िया शख्सियतों का संबंध इस पिंड के नाल है। तो जे जिक्र शुरू कर दिए तो मेरे ख्याल से नाम काफ़ी हो जाने हैं। असी किसी भी नाम छड़ दिए, किसी भी थान छड़ दिए, पर उतों के कॉलेज में नहीं छड़िया जा सकता। तो कॉलेज के अज असी बैठे हुए हैं, गलबात कर रहे हैं एक ऐसे व्यक्ति दे नाल जिहड़ा नशियां दी दलदल च तस गया, बुरी तरह तस गया। जिवें आम ही हुंदा कि सरदे पुजदे घर दे मुंडे जां अल्लड़ उम्र दे मुंडे नशे पत्ते लग जांदे, बहुत लग जांदे, पर दलदल चों निकलण वाले किन्ने हुंदे आ। सिकंदर निकल सकदा ते अज असीं सिकंदर दे नाल। भाई सिकंदर होरां ने ड्रग दा सहारा लैणा शुरू कीता, पर एक वेला इहो जिहा आया कि इन्हां ने सारियां चीज़ां नूं ठोकर मारती ते हुण जिंदगी दे विच लोकां दा सहारा बनने वास्ते गलबात कर रहे हैं। मैं जो गल कर रहा सी बाई दी एक गल मैनूं बड़ी वधिया लगी कि तरस दा पात्र बन के मैं आपदी स्टोरी नहीं दसनी, मैं सिर्फ स्टोरी दसनी है ते कोई मोटीवेट हो सके। ते मकसद साडा भी यही हुंदा कि असी किते ना किते मोटीवेशनल गल्लां करनियां हुंदियां ते यही गल्लां तुहाडे नाल सांझियां करदे हां। भाई सिकंदर होरां दी जवानी। सिकंदर भाई सति श्री अकाल। सति श्री अकाल। ਤੁਹਾਨੂੰ ਆਪਦੇ ਨਾਂ ਦੇ ਅਰਥ ਕਦੋਂ ਪਤਾ ਲੱਗੇ ਕਿ ਸਿਕੰਦਰ ਤਾਂ ਦੁਨੀਆ ਨੂੰ ਜਿੱਤਣ ਵਾਲਾ ਸੀ? ਦੇਖੋ ਬਾਈ, ਸਿਕੰਦਰ ਮਤਲਬ ਪਹਿਲਾਂ ਤਾਂ ਨਹੀਂ ਸੀ ਪਤਾ, ਪਰ ਹੁਣ ਆ ਕੇ ਪਤਾ ਲੱਗਣ ਲੱਗਿਆ ਵੀ ਵਾਕਈ ਹੈਗਾ ਵਾ ਵੀ ਨਾਂ ਥੋੜ੍ਹਾ ਜਿਹਾ, ਕਿਉਂਕਿ ਪਹਿਲਾਂ ਤਾਂ ਮੈਂ ਇੱਜ਼ਤ ਹੀ ਰੋਲਤੀ ਸੀ ਆਪਦੇ ਨਾਂ ਦੀ। ਪਹਿਲਾਂ ਤਾਂ ਕਹਿੰਦੇ ਹੁੰਦੇ ਨਾ ਜਲੂਸ ਕੱਢਣਾ, ਬਸ ਜਲੂਸ ਕੱਢਤਾ ਸੀ ਨਾ ਦਾ ਸਿਕੰਦਰ, ਹੈ ਨਾ। ਵੀ ਇੱਕ ਪਾਸੇ ਤਾਂ ਹੈ ਕਿ ਦੁਨੀਆ ਨੂੰ ਜਿੱਤਣ ਵਾਲਾ, ਉਹ ਵੱਖਰੀ ਗੱਲ ਹੈ ਕਿ ਇੱਕ ਪੋਰਸ ਉਹਦੇ ਮੂਹਰੇ ਖੜ ਗਿਆ ਸੀ ਆ ਕੇ ਜਿਹਨੇ ਠੱਲ ਲਿਆ ਸੀ, ਹੈ ਨਾ। ਅਤੇ ਇੱਕ ਸਿਕੰਦਰ ਉਹ ਜਿਹੜਾ ਨਸ਼ਿਆਂ 'ਚ ਹੀ ਧੱਸ ਗਿਆ, ਹੈ ਨਾ, ਸਾਰਾ ਕੁਛ ਹੀ ਗਿਆ, ਜਿਹਨੇ ਹੋਰ ਕੁਛ ਜਿੱਤਣਾ ਤਾਂ ਬਾਕੀ ਘਰ ਵੀ ਹਾਰ ਗਿਆ। ਕਹਿਣ ਦਾ ਮਤਲਬ ਵੀ ਘਰ ਦਾ ਵੀ ਸੱਤਿਆਨਾਸ਼ ਕਰਤਾ, ਉਹ ਸਿਕੰਦਰ ਬਣ ਗਿਆ ਸੀ। ਪਰ ਪਰਮਾਤਮਾ ਦੀ ਕਿਰਪਾ ਹੋਈ ਆ, ਮਿਹਰ ਆ, ਵੀ ਬਚ ਗਏ ਆ। ਇਹ ਆਹ ਵੱਡੀ ਗੱਲ ਆ। ਅਤੇ ਜਦੋਂ ਮੱਛੀਆਂ ਪੱਥਰ ਚੱਟ ਕੇ ਮੁੜਦੀਆਂ ਨਾ, ਉਹਨਾਂ ਨੂੰ ਬੜਾ ਕੁਛ ਪਤਾ ਲੱਗ ਜਾਂਦਾ ਭਾਈ, ਗਾਂ ਕੁਛ ਹੈਗਾ, ਪੂਰਾ ਕੁਛ ਨਹੀਂ। ਬਿਲਕੁਲ ਜੀ। ਅਤੇ ਗੱਲ ਫਿਰ ਇਹ ਹੈ ਕਿ ਕਿੱਥੋਂ ਸ਼ੁਰੂ ਹੋਈ ਸੀ? ਦੇਖੋ ਜੀ, ਸ਼ੁਰੂ ਜਿਹੜੀਆਂ ਸ਼ੁਰੂਆਤਾਂ ਵਾ, ਸ਼ੁਰੂਆਤ ਸਕੂਲ ਟਾਈਮ ਤੋਂ ਹੋਈ ਸੀ। ਅਤੇ ਉਸ ਤੋਂ ਬਾਅਦ ਪਹਿਲੀ ਵਾਰ ਕੀ ਖਾਧਾ? ਪਹਿਲੀ ਵਾਰ ਖਾਧਾ ਸੀਗਾ ਭੋਲਾ। ਉਹ ਕੀ ਹੁੰਦਾ? ਇੱਕ ਟੌਫੀ ਦੀ ਤਰ੍ਹਾਂ ਹੁੰਦਾ, 2 ਰੁਪਏ ਦਾ ਮਿਲ ਜਾਂਦਾ ਭੋਲਾ ਗੋਲਾ ਜਿਹਾ ਉਹ। ਅਤੇ ਉਹਦੇ 'ਚ ਵੀ ਨਸ਼ਾ ਹੁੰਦਾ? ਹਾਂਜੀ, ਉਹ ਸੁੱਖੇ ਵਾਲਾ ਹੁੰਦਾ। ਅੱਛਾ 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 ਅੱਛਾ। ਹਾਂ, ਸੁੱਖੇ ਵਾਲਾ ਉਹ ਦੁਕਾਨਾਂ ਤੋਂ ਮਿਲਦਾ ਜਾਂ ਜਿਹੜਾ ਦੁਕਾਨਾਂ ਤੋਂ ਜਿੱਥੋਂ ਖੋਖੇ ਤੋਂ? ਅੱਛਾ, ਹਾਂਜੀ। ਨਵੀਂ ਚੀਜ਼ ਦੱਸੀ ਤੁਸੀਂ। ਹਾਂਜੀ, ਪਰ ਮੈਨੂੰ ਲੱਗਦਾ ਦੱਸਣੀ ਨਹੀਂ ਚਾਹੀਦੀ ਸਾਨੂੰ ਲੋਕਾਂ ਨੂੰ, ਹੈ ਨਾ, ਜੇ ਮੈਂ ਭੋਲਾ, ਮੈਨੂੰ ਨਹੀਂ ਪਤਾ ਵੀ 2 ਰੁਪਈਆਂ ਦਾ ਵੀ ਭੋਲਾ ਹੁੰਦਾ ਕੋਈ, ਹੈ ਨਾ। ਅਤੇ ਕਿਉਂਕਿ ਇੱਕ ਇੱਕ ਸੁੱਖੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਆਪਾਂ। ਹਾਂਜੀ, ਕਿਉਂਕਿ ਤੁਹਾਡੇ ਬਾਰੇ ਗੱਲਾਂ ਤਾਂ ਬਹੁਤੀਆਂ ਪਤਾ, ਹੋ ਸਕਦਾ ਸਾਡੇ ਸਰੋਤੇ ਐਂ ਵੀ ਕਹਿਣ ਯਾਰ ਬਾਈ ਪੂਰੀ ਗੱਲ ਤਾਂ ਹੋਣ ਨਹੀਂ ਦਿੰਦਾ, ਪਰ ਸੁੱਖਾ ਤੁਸੀਂ ਦੇਖੋ ਕਿ ਸ਼ਬਦ ਕਿੰਨਾ ਵਧੀਆ, ਸੁੱਖ ਦੇ ਨਾਲ ਜੁੜਿਆ, ਪਰ ਇਸ ਸੁੱਖੇ ਨੇ ਸਾਡੀ ਜਵਾਨੀ ਨੂੰ ਤਬਾਹ ਕੀਤਾ ਬੁਰੀ ਤਰ੍ਹਾਂ। ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਸੌਖਾ ਮਿਲ ਜਾਂਦਾ ਸਾਡੇ ਖੇਤਾਂ ਦੀਆਂ ਵੱਟਾਂ 'ਤੇ, ਆਪਾਂ ਕਾਲਜ ਆਏ ਹਾਂ, ਇਹਦੇ ਆਲੇ ਦੁਆਲੇ ਕਿਤੇ ਨਾ ਕਿਤੇ ਹੋਊਗਾ, ਹੋਰਾਂ ਥਾਵਾਂ 'ਤੇ ਵੀ ਹੈ ਸ਼ਾਇਦ। ਇਹ ਕਿਤੇ ਕਿਤੇ ਇਹ ਵੀ ਲੱਗਦਾ ਹੁੰਦਾ ਕਿ ਜਿਹੜੀ ਪੰਜਾਬ ਦੀ ਜਵਾਨੀ ਹੈ, ਤੁਹਾਡਾ ਤਾਂ ਨਾਂ ਸਿਕੰਦਰ ਆ, ਪਰ ਜਿੰਨੇ ਹੋਰ ਸਿਕੰਦਰ ਆਏ ਸੀ ਜਿਹੜੇ ਅਸਲੀ ਸੀ, ਉਹਨਾਂ ਨੂੰ ਥੱਲਣ ਵਾਲੇ ਪੰਜਾਬੀ ਲੋਕ ਸੀ, ਹੈ ਨਾ। ਅਤੇ ਸਮੇਂ ਦੇ ਉੱਤੇ ਜਿੱਥੇ ਵੀ ਕਦੇ ਲੋੜ ਪਈ ਪੰਜਾਬੀ ਜਾ ਕੇ ਖੜ੍ਹੇ, ਅਤੇ ਨਿਸ਼ਾਨਾ ਨਹੀਂ ਬਣਾਇਆ ਗਿਆ ਸੁੱਖੇ ਨਾਲ ਕਿਤੇ। ਐਂ ਸੋਚਿਆ ਤੁਸੀਂ ਦੇਖਿਆ ਕਿ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਸੌਖੀ ਮਿਲਦੀ ਹੈ ਨੁਕਸਾਨ ਤਾਂ ਦਿੰਦੀ ਹੈ? ਦੇਖੋ ਜੀ, ਨੁਕਸਾਨ ਤਾਂ ਦਿੰਦੀ ਆ ਮੇਰੇ ਹਿਸਾਬ ਨਾਲ, ਕਿਉਂਕਿ ਮੇਰੇ ਹਿਸਾਬ ਨਾਲ ਜਿਵੇਂ ਹਰੇਕ ਚੀਜ਼ ਦੀ ਇੱਕ ਨਰਸਰੀ ਹੁੰਦੀ ਹੈ,
ਹਰੇਕ ਚੀਜ਼ ਦੀ ਤਾਂ ਜਿਹੜੀ ਨਸ਼ੇ ਦੀ ਨਰਸਰੀ ਆ ਉਹ ਸੁੱਖਾ ਸਹੀ ਠੀਕ ਹੈ ਸੁੱਖਾ ਜਦੋਂ ਅਸੀਂ ਸਭ ਤੋਂ ਪਹਿਲਾਂ ਇਕੱਲਾ ਮੈਂ ਨਹੀਂ 80% ਲੋਕ ਪੰਜਾਬ ਦੇ ਮੁੰਡੇ ਉਹ ਹੋਣਗੇ ਜਿਹੜੇ ਸੁੱਖੇ ਤੋਂ ਸ਼ੁਰੂਆਤਾਂ ਕੀਤੀਆਂ ਜਿਨ੍ਹਾਂ ਨੇ ਸਹੀ ਗੱਲ ਠੀਕ ਹੈ ਨਾ ਮੈਂ ਦਾਅਵੇ ਨਾਲ ਕਹਿੰਦਾ 80% ਹੋਣਗੇ ਜਿਨ੍ਹਾਂ ਨੇ ਮੇਲੇ 'ਚ ਪਹਿਲੀ ਵਾਰ ਕਿਸੇ ਪਕੌੜੇ ਖਾਧੇ ਆ ਉਹ ਰਗੜਾ ਪੀਤਾ ਹਾਂ ਟੰਡਿਆਈ ਪਹਿਲੀ ਵਾਰ ਸੁੱਖਾ ਪੀਤਾ ਪਿੰਡ ਦੀ ਸਾਂਝੀ ਥਾਂ 'ਤੇ ਭਰਤ ਪੈਂਦੀ ਸੀ ਉਦਣ ਮੰਡੀਰ ਨੇ ਰਲ ਕੇ ਸੁੱਖਾ ਬਣਾਇਆ ਉਦਣ ਪਹਿਲੇ ਦਿਨ ਸੁੱਖਾ ਪੀਤਾ ਹੋਰ ਨਸ਼ਾ ਨਹੀਂ ਸੀ ਹਜੇ ਖਾਧਾ ਨਰਸਰੀ ਇਹ ਆ ਅੱਗੇ ਫੇਰ ਸ਼ੁਰੂ ਹੁੰਦਾ ਵਾ ਦੋ ਨੰਬਰ 'ਤੇ ਆਪਾਂ ਕਹਿ ਦਈਏ ਸ਼ਰਾਬ ਆ ਜਾਂਦੀ ਆ ਜਾਂ ਹੋਰ ਆ ਜਾਂਦੀ ਆ ਕਹਿਣ ਦਾ ਮਤਲਬ ਜਿਹੜੀ ਨਰਸਰੀ ਆ ਉਹ ਸੁੱਖਾ ਹੀ ਆ ਮਤਲਬ ਆਮ ਤਾਂ ਮਿਲ ਜਾਂਦਾ ਆਮ ਸੁੱਖਾ ਤੰਬਾਕੂ ਵੀ ਤਾਂ ਆਮ ਮਿਲਦਾ ਨਾ ਪਰ ਤੰਬਾਕੂ ਸਿੱਧਾ ਨੁਕਸਾਨ ਨਹੀਂ ਨਾ ਕਰਦਾ ਵੱਡਾ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਜੇ ਇਸ ਵਕਤ ਨੁਕਸਾਨ ਕਰਦਾ ਸੁੱਖੇ ਤੋਂ ਵੱਧ ਕੋਈ ਨੁਕਸਾਨ ਹੀ ਨਹੀਂ ਕਰਦਾ ਸਹੀ ਗੱਲ ਮੈਂ ਚਿੱਟਾ ਪੀਤਾ ਮੈਂ ਹੋਰ ਕੋ ਸਾਰੇ ਨਸ਼ੇ ਕਰ ਲਏ ਮੈਂ ਜਦੋਂ ਮੇਰਾ ਇਲਾਜ ਹੋਣਾ ਸੀਗਾ ਤਾਂ ਮੇਰਾ ਦਿਮਾਗ ਬੁੱਧੀ ਆ ਜਿਹੜੀ ਉਹ ਫੰਕਸ਼ਨ ਤਾਂ ਕੰਮ ਕਰਦੇ ਸੀ ਨਾ ਜੋ ਸਮਝਾਇਆ ਗਿਆ ਸਮਝ ਤਾਂ ਗਿਆ ਨਾ ਅਤੇ ਜੇ ਸੁੱਖਾ ਪੀ ਕੇ ਦੌਰਾ ਦੂਰਾ ਪਿਆ ਹੁੰਦਾ ਹਿੱਲਿਆ ਹੁੰਦਾ ਖੁਸ਼ਕ ਹੋਇਆ ਹੁੰਦਾ ਦਿਮਾਗ ਜੋ ਮਰਜ਼ੀ ਸਮਝਾਈ ਜਾਂਦੇ ਮੈਨੂੰ ਜੋ ਦਿਮਾਗ ਹੀ ਸੁੱਖਾ ਪੀ ਪੀ ਕਿੰਨੇ ਲੋਕ ਮੈਂਟਲ ਹੋਏ ਆ ਠੀਕ ਹੈ ਇਹਦੇ ਤੋਂ ਤਾਂ ਖਤਰਨਾਕ ਕੋਈ ਨਸ਼ਾ ਹੀ ਹੈ ਨਹੀਂ ਸਭ ਤੋਂ ਜ਼ਿਆਦਾ ਹੀ ਖਤਰਨਾਕ ਇਹ ਇੱਕ ਸਾਨੂੰ ਮੁਹਿੰਮ ਇਹ ਵੀ ਵਿੱਢਣੀ ਪਊਗੀ ਕਿਉਂਕਿ ਦੱਸਣ ਵਾਸਤੇ ਵੀ ਅਤੇ ਇਹਨੂੰ ਪੱਟਣ ਵਾਸਤੇ ਵੀ ਅਤੇ ਤੁਹਾਡੇ ਵਾਲਾ ਬੂਟਾ ਸੁੱਖੇ ਤੋਂ ਲੱਗਿਆ ਜਾਂ ਫਿਰ ਕਿਵੇਂ ਪੁੰਗਰਦਾ ਗਿਆ ਅੱਗੇ ਪੁੰਗਰਦਾ ਗਿਆ ਜੀ ਜਿਵੇਂ ਕਹਿਣ ਦਾ ਮਤਲਬ ਅੱਜ ਮੈਂ ਤੁਹਾਨੂੰ ਮਿਲਿਆ ਅਤੇ ਤੁਸੀਂ ਦੁੱਧ ਦਾ ਗਲਾਸ ਇੱਕ ਪੀਂਦੇ ਹੋਵੋਗੇ ਰਾਤ ਨੂੰ ਸੌਣ ਲੱਗੇ ਅਤੇ ਜੇ ਤੁਸੀਂ ਦਾਰੂ ਪੀਂਦੇ ਹੋ ਦੋ ਪੈਗ ਅਤੇ ਮੈਂ ਤੁਹਾਨੂੰ 10 ਸਾਲ ਬਾਅਦ ਮਿਲਾਂ ਤੁਸੀਂ ਪੂਰੀ ਬੋਤਲ ਪੀਂਦੇ ਹੋਵੋਗੇ ਦੁੱਧ ਨੇ ਨਹੀਂ ਵਧਣਾ ਨਸ਼ੇ ਨੇ ਵੱਧ ਜਾਣਾ ਸਹੀ ਗੱਲ ਠੀਕ ਹੈ ਨਾ ਮੈਂ ਸੁੱਖੇ ਦਾ ਭੋਲਾ ਗੋਲਾ ਇੱਕ ਦਿਨ ਸ਼ੁਰੂ ਕੀਤਾ ਸੀਗਾ ਮੈਂ ਗੈਪ ਪਾ ਕੇ ਹਫ਼ਤੇ ਬਾਅਦ ਫਿਰ ਇੱਕ ਫਿਰ ਉਹ ਨਿੱਤ ਦਾ ਕੰਮ ਹੋ ਗਿਆ ਫਿਰ ਬੰਦਾ ਹੋਰ ਕਹਿੰਦਾ ਵੀ ਲਿਆਓ ਭਾਈ ਹੋਰ ਵੀ ਕਿਹੜੀ ਚੀਜ਼ ਆ ਕਰੋ ਪੇਸ਼ ਫਿਰ ਕਲਾਸ ਕਿਹੜੀ ਸੀ ਉਦੋਂ ਉਦੋਂ ਮੇਰੀ ਕਲਾਸ ਸੀਗੀ 9ਵੀਂ ਕਲਾਸ ਨੌਵੀਂ 'ਚ ਕੋਕੇ ਜਿਹੜੇ ਗਏ ਹਾਂ 9ਵੀਂ ਕਲਾਸ ਦੇ ਵਿੱਚ ਅਤੇ ਉਸ ਟਾਈਮ ਬਾਈ ਉਦੋਂ ਤੁਸੀਂ ਖਾਂਦੇ ਸੀਗੇ ਹੋਰ ਵੀ ਜਿਹੜੇ ਨਾਲ ਦੇ ਸੀਗੇ ਕਲਾਸਮੇਟ ਜਾਂ ਹੋਰ ਨਹੀਂ ਕਲਾਸਮੇਟ ਹੋਰ ਨਹੀਂ ਸੀਗੇ ਮਤਲਬ ਮੇਰੇ ਨਾਲ ਪਲੱਸ ਟੂ ਵਾਲੇ ਮੁੰਡੇ ਹੁੰਦੇ ਸੀਗੇ ਜ਼ਿਆਦਾਤਰ ਜਿਹੜੇ ਮੁੰਡੇ ਆ ਨਸ਼ਾ ਕਰਦੇ ਉਹ ਚੱਕਰ ਹੀ ਇਹ ਪੈਂਦਾ ਵੀ ਆਪਦੇ ਤੋਂ ਵੱਡਿਆਂ ਨਾਲ ਲਿਆਜਾਂ ਇਹ ਮਾਰ ਜਾਂਦੀਆਂ ਨੇ ਫਿਰ ਕਿਉਂਕਿ ਉਹ ਹੁੰਦੇ ਆ ਨਾ ਵੀ ਬਾਈ ਹੋਣੀ ਹੈ ਮੈਂ ਬਾਈ ਹੋਣਾ ਨਾਲ ਮੈਂ ਆਪਦੀ ਕਲਾਸ ਵਾਲਿਆਂ 'ਤੇ ਹਵਾ ਵੀ ਕਰਨੀ ਹੈ ਨਾ ਫਿਰ ਵੀ ਤਾਂ ਬਾਈ ਹੋਣਾ ਨਾਲ ਲਿਆਜਾ ਫਿਰ ਮੈਨੂੰ ਬਾਈ ਹੋਣਾ ਕੋਲ ਬੈਠਣਾ ਪਊ ਅਤੇ ਬਾਈ ਹੋਣ ਵਾਲੇ ਕੰਮ ਵੀ ਕਰਨੇ ਪੈਣਗੇ ਜਵਾਬ ਵੀ ਨਹੀਂ ਦਿੱਤਾ ਲੱਗੇ ਹਾਂ ਬਿਲਕੁਲ ਜੀ ਉਹਨਾਂ ਦੇ ਚੇਲੇ ਬਾਲ ਕੇ ਬਣਨਾ ਪੈਂਦਾ ਅਤੇ ਬਸ ਫਿਰ ਉੱਥੋਂ ਸ਼ੁਰੂਆਤ ਹੋ ਗਈ ਸੀਗੀ ਅਤੇ ਫਿਰ ਅੱਗੇ ਫਿਰ ਆਇਆ ਜਦੋਂ ਮੈਂ ਸਕੂਲ ਆਪਦੀ ਸਕੂਲਿੰਗ ਪੂਰੀ ਕਰ ਲਈ ਉਦੋਂ ਤੱਕ ਮਤਲਬ ਮੈਂ ਡੋਡੇ ਡਾਡੇ ਜੋ ਗੋਲੀ ਗੱਪਾ ਜੋ ਸ਼ੀਸ਼ੀਆਂ ਨਸ਼ਿਆਂ 'ਚ PhD ਕਰ ਲਈ ਸੀ ਹਾਂ ਉਹ ਕਰ ਲਈ ਸੀਗੀ ਉਸ ਟਾਈਮ ਮੈਂ ਸਾਰੇ ਨਸ਼ੇ ਕਰ ਲਏ ਸੀਗੇ ਰਹਿੰਦੀਆਂ ਸੀ ਦੋ ਚੀਜ਼ਾਂ ਚਿੱਟਾ ਅਤੇ ਸਮੈਕ ਅਤੇ ਉਦੋਂ ਫਿਰ ਉਦੋਂ ਪਹਿਲਾਂ ਆਇਆ ਉਹ ਥਿਨਰ ਅੱਛਾ ਜਿਹੜਾ ਆਪਾਂ ਉਹ ਨੇਲ ਪਾਲਿਸ਼ ਵਗੈਰਾ ਤੇ ਵਰਤਦੇ ਆ ਮਸ਼ਾ ਲਾਉਣ ਵਾਸਤੇ ਉਹ ਵੀ ਵਰਤਦੇ ਆ ਮੈਨੂੰ ਤਾਂ ਪਰ ਉਹ ਮਿਲਿਆ ਸੀਗਾ ਜਿਹੜਾ ਆਪਾਂ ਰੰਗ ਰੁੰਗ ਜਿਹਾ ਲਾਉਣ ਵਾਸਤੇ ਵਾਈਟਨਰ ਜਿਹੜਾ ਆਪਾਂ ਕਈ ਵਾਰ ਗਲਤ ਲਿਖਿਆ ਜਾਂਦਾ ਵਾ ਉਹ ਛੇਤੀ ਦੇਣੇ ਗਲਤ ਅੱਖਰ ਵਾਂਗੂ ਪੂੰਝਦਾ ਜਿਹਨੂੰ ਕਹਿੰਦੇ ਹੁੰਦੇ ਆ ਦਿਲ ਦੇ ਹਾਂਜੀ 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 ਉਹ ਦੋ ਸ਼ੀਸ਼ੀਆਂ ਮਿਲਦੀਆਂ ਸੀ ਉਹ ਇੱਕ ਸ਼ੀਸ਼ੀ 'ਚ ਥਿਨਰ ਹੁੰਦਾ ਸੀਗਾ ਉਹ ਰੁਮਾਲ 'ਤੇ ਪਾ ਕੇ ਸੁੰਘਣਾ ਫਿਰ ਉਦੋਂ ਬਾਅਦ 'ਚ ਫਿਰ ਚਿੱਟਾ ਆਇਆ ਉਦੋਂ ਤੱਕ ਮਤਲਬ ਮੈਂ ਥੋੜ੍ਹੀ ਜਿਹੀ ਕੰਪਿਊਟਰ ਦੀ ਨੌਲੇਜ ਵਧੀਆ ਰੱਖਦਾ ਸੀਗਾ ਮੈਨੂੰ ਸ਼ੁਰੂ ਤੋਂ ਹੀ ਮਤਲਬ ਇਸ ਚੀਜ਼ ਵੱਲ ਝੁਕਾਅ ਮੇਰਾ ਜ਼ਿਆਦਾ ਸੀਗਾ ਅਤੇ ਇਸੇ ਬਿਹਾਫ 'ਤੇ ਮੈਂ ਕਾਲਜ ਦੇ ਵਿੱਚ ਜੋਬ ਕਰਨ ਲੱਗ ਗਿਆ ਨੈਟਵਰਕ ਐਡਮਿਨ ਸੀਗਾ ਮੈਂ ਐਸੇ ਕਾਲਜ ਨਹੀਂ ਮੈਂ ਅਜੀਤਵਾਲ ਕਾਲਜ ਦੇ ਵਿੱਚ ਲੈਬ ਟੈਕਨੀਸ਼ੀਅਨ ਲੈਬ ਮੈਨੇਜਰ ਸੋ ਸਾਰਾ ਜੋ ਵੀ ਜਿੰਨਾ ਵੀ ਸੀ ਮੇਰੀ ਨੌਲੇਜ ਸੀਗੀ ਚਲੋ ਕਲਾਸਾਂ ਵੀ ਲੈਕਚਰ ਵੀ ਚਲੋ ਪਰਮਾਤਮਾ ਦੀ ਕਿਰਪਾ ਹੋਈ ਵੀ ਪਰ ਉਦੋਂ ਤੱਕ ਜਿਵੇਂ ਕਹਿ ਦਈਏ ਵੀ ਥੋੜ੍ਹਾ ਚੱਲਦਾ ਸੀਗਾ ਮੇਰਾ ਨਸ਼ਾ ਵੀ ਮੈਂ ਕਰਦਾ ਸੀ ਪਰ ਜਦੋਂ ਬਾਅਦ 'ਚ ਫਿਰ ਚਿੱਟਾ ਆਇਆ ਚਿੱਟੇ ਤੋਂ ਪਹਿਲਾਂ ਆਪਾਂ ਉੱਥੋਂ ਤੱਕ ਦੀ ਗੱਲ ਨਿਬੇੜ ਦਈਏ ਫਿਰ ਆਪਾਂ ਗਾਂਹ ਚੱਲਦੇ ਹਾਂ ਕਿ ਜਦੋਂ ਤੋਂ ਤੱਕ ਸਕੂਲ 'ਚ ਪੜ੍ਹਦੇ ਹੁੰਦੇ ਆ ਸਾਡੇ ਕੋਲ ਪੈਸੇ ਘਰੋਂ ਪੂਰੇ ਪੂਰੇ ਹੀ ਹੁੰਦੇ ਆ ਫੀਸਾਂ ਫੂਸਾਂ ਵਾਸਤੇ ਹੁੰਦੇ ਆ ਜਾਂ ਪੋਕਟ ਮਨੀ ਮਿਲ ਜਾਂਦੀ ਹੋਊ ਸਾਡੇ ਵੱਲ ਤਾਂ ਨਹੀਂ ਮਿਲਦੀ ਤੁਹਾਨੂੰ ਮਿਲ ਜਾਂਦੀ ਹੋਊ ਅਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਸੀ ਅਤੇ ਜੇ ਘੱਟਦੇ ਸੀ ਤਾਂ ਜੁਗਾੜ ਕਿਵੇਂ ਕਰਦੇ ਸੀ ਦੇਖੋ ਜੀ ਮਤਲਬ ਇਹ ਹੁੰਦਾ ਸੀਗਾ ਵੀ ਘਰ ਝੂਠ ਝਾਠ ਮਾਰ ਦੇਣਾ ਮਾੜਾ ਮੋਟਾ ਥੋੜ੍ਹਾ ਅਰੋਭ ਤਾਂ ਹੁੰਦਾ ਹੀ ਆ ਘਰਦਿਆਂ ਨੂੰ ਦੇ ਦਿਓ ਮਤਲਬ ਜਿਵੇਂ ਵੀ ਹੁੰਦਾ ਵਾ ਵੀ
100 रुपया 50 रुपये उदो नशा भी जड़ा हुंदा सीगा भी जाने के रल के एक दोस्त हो जे हुंदे आ जिन्हां कोले 4 पैसे हुंदे आ उहनूं 4 पंप दे के ते चल लिया तूं अज तैथों पीणियां शीशियां अज ऐं करना अज इदां करना मतलब ऐं चलदा रहिंदा सीगा घरों भी जिहड़ा माड़ा मोटा मिलदा हुंदा सीगा तेल तूल पवाउणा बाइक दे विच उहदे नाल नशा नुशा कर लेना बस इह चीज़ चलदी हुंदी सीगी मम्मी डैडी सीगे उदो हाँ मम्मी डैडी सीगे उहनां दी मौत कदों होई डैडी की मौत नूं हुण 2 साल हो गया 2018 दे विच मम्मी की मौत 2016 च हुई 4 साल पहला उदो तक तां चलो तुसीं छड्ड चुके हाँ उदो तक मैं छड्ड चुकिया सीगा ते कॉलेज दी आपां जदों गल करदे आं तुसीं उत्थे एडमिन ब्लॉक दे विच जॉब शुरू कर ली उत्थे फिर नशा पत्ता उहदी पूर्ती तनखाह नाल हो जांदी सी जां कुछ होर वी करदे सी नहीं मैं उदों तनखाह नाल मेरा चलदा सीगा उस तों बाद की होया वी जदों क्योंकि हुंदा ना कि मैं बई उत्थे जिहड़े सप्लियां आईयां हुंदियां जिहड़े स्टूडेंट्स दियां किसे दा बाहरला केस हुंदा किसे दा की अड़े काम हुंदे आ जिहड़े उदों फिर टीचर काम आउंदे आ वी 4 पैसे लईए ते चल वी तैनूं मैं पेपर करा दूंगा उत्थे फिर मेरे 4 पैसे बणन लग गए क्योंकि हुण मैं कोई संग नहीं मैनूं इस चीज़ दी मैं गलत काम कीता ते नतीजा वी गलत निकलूगा ठीक है ना सो मैं करदा सीगा ते मैं उही पैसिआं नाल फिर चिट्टा खरीदिआ पहली बार उदू बाद च फिर चिट्टा आया फिर चिट्टे ने टका के तप्पड़ रोक गया की कुछ बेचा फिर बेचिआ की नहीं इह अपना सवाल हैगा जी अच्छा वी घरे मैं घरदिआं दे कपड़े तों लै के जो भी घरे चीज़ पई सी सब बेची ਜਦੋਂ ਪਹਿਲੀ ਵਾਰ ਚੋਰੀ ਫੜੀ ਗਈ ਯਾਰ ਵੀ ਇਹ ਚੱਕਦਾ ਹੈ ਨਾ ਸਿਕੰਦਰ ਹੈ ਘਰ ਦੇ ਬੇਬੇ ਨੇ ਬਾਪੂ ਨੇ ਦਾਦੀ ਨੇ ਕਿਸੇ ਨੇ ਵੀ ਰੋਕਿਆ ਉਹ ਟੋਕਿਆ ਉਹ ਕਿਵੇਂ ਜਿਹਾ ਲੱਗਿਆ ਉਦੋਂ ਜਦੋਂ ਪਹਿਲੀ ਵਾਰ ਮੈਂ ਚੋਰੀ ਕੀਤੀ ਸੀ ਘਰੇ ਕਹਿਣ ਦਾ ਮਤਲਬ ਥੋੜ੍ਹਾ ਜਿਹਾ ਪਹਿਲਾਂ ਤਾਂ ਮੈਂ ਮੇਰੇ ਨਸ਼ੇ ਬਾਰੇ ਪਹਿਲਾਂ ਪਤਾ ਲੱਗ ਗਿਆ ਅਤੇ ਮੈਂ ਘਰਦਿਆਂ ਨੂੰ ਮਤਲਬ ਕਰਦਾ ਤਾਂ ਹੁੰਦਾ ਹੀ ਨਹੀਂ ਪੈਰਾਂ 'ਤੇ ਪਾਣੀ ਤਾਂ ਪੈਣੀ ਨਹੀਂ ਹਾਂ ਪਹਿਲਾਂ ਮੈਂ ਮਤਲਬ ਕਰਦਾ ਹੁੰਦਾ ਸੀਗਾ ਅਤੇ ਫਿਰ ਇੱਕ ਦਿਨ ਮਤਲਬ ਗੀਜ਼ਰ ਵੇਚ ਆਇਆ ਮੈਂ ਲਾ ਕੇ ਘਰੋਂ ਹਾਂ ਘਰੋਂ ਲਾ ਕੇ ਗੀਜ਼ਰ ਵੇਚ ਆਇਆ ਖੰਡ ਦੀ ਬੋਰੀ ਸੀਗੀ ਉਹ ਵੇਚ ਆਇਆ ਅਤੇ ਕਿਉਂਕਿ ਮੰਮੀ ਆਂਗਣਵਾੜੀ 'ਚ ਸੀ ਉਹਨਾਂ ਨੂੰ ਉਹ ਬੱਚਿਆਂ ਵਾਲਾ ਰਾਸ਼ਨ ਆਉਂਦਾ ਸੀ ਮੈਂ ਬੋਰੀ ਚੱਕ ਕੇ ਖੰਡ ਦੀ ਵੇਚ ਆਇਆ ਅਤੇ ਉਹ ਚੀਜ਼ ਮਤਲਬ ਜਦੋਂ ਚੋਰੀ ਦਾ ਪਹਿਲੇ ਦਿਨ ਪਤਾ ਲੱਗਿਆ ਮੈਂ ਜਦੋਂ ਕਿਉਂਕਿ ਮੇਰਾ ਜਿਹੜੇ ਡੈਡੀ ਸੀ ਉਹ ਵੀ ਪਹਿਲਾਂ ਅਡਿਕਟ ਸੀਗੇ ਅੱਛਾ ਠੀਕ ਹੈ ਨਾ ਪਰ ਉਹ ਠੀਕ ਸੀਗੇ ਸੁਧਰੇ ਹੋਏ ਸੀ ਮਤਲਬ ਉਹ ਤਾਂ ਛੱਡ ਚੁੱਕੇ ਸੀਗੇ ਕਾਫੀ ਟਾਈਮ ਦੇ ਅਤੇ ਮੈਂ 1000 ਰੁਪਈਆ ਘਰੋਂ ਚੱਕਿਆ ਅਤੇ ਮੈਨੂੰ ਮਾਤਾ ਨੇ ਪੁੱਛਿਆ ਵੀ ਤੂੰ ਚੱਕਿਆ ਮੈਂ ਕਿਹਾ ਮੈਂ ਨਹੀਂ ਚੱਕਿਆ ਡੈਡੀ ਨੇ ਚੱਕਿਆ ਉਹ ਅੱਛਾ ਅਤੇ ਡੈਡੀ ਨੇ ਫਿਰ ਮੈਨੂੰ ਇੱਕ ਗੱਲ ਕਹੀ ਸੀਗੀ ਕਹਿੰਦਾ ਵੀ ਮੈਂ ਕਹਿੰਦਾ ਅੱਜ ਤੱਕ ਪਿੰਡ 'ਚ ਨਾ ਤਾਂ ਕਿਸੇ ਤੋਂ ਪੈਸੇ ਮੰਗੇ ਆ ਅਤੇ ਨਾ ਕਦੇ ਮੈਂ ਚੋਰੀ ਕੀਤੀ ਆ ਜਿਹੜੀ ਚੀਜ਼ ਲੈਣੀ ਆ ਆਪਦੇ ਘਰੋਂ ਲਈ ਆ ਤੇਰੇ ਵਾਂਗੂ ਕਹਿੰਦਾ ਝੂਠ ਨਹੀਂ ਬੋਲੇਗੇ ਕਹਿੰਦਾ ਜੇ ਨਸ਼ਾ ਕਰਨਾ ਹੋਊਗਾ ਤਾਂ ਘਰੋਂ ਕਰੀ ਜਲੂਸ ਨਾ ਕੱਢੀ ਕਿਸੇ ਦਾ ਨਾਂ ਨਾ ਲਈ ਕਹਿਣ ਦਾ ਮਤਲਬ ਫਿਰ ਥੋੜ੍ਹਾ ਜਿਹਾ ਮੈਂ ਹੋਰ ਖੁੱਲ੍ਹ ਗਿਆ ਨਹੀਂ ਡੈਡੀ ਨੇ ਡਾਂਗ ਨਹੀਂ ਚੱਕੀ ਫਿਰ ਡੈਡੀ ਨਾਲ ਮੇਰੀ ਪਹਿਲਾਂ ਲੜਾਈ ਹੋ ਚੁੱਕੀ ਸੀ ਇਸ ਮਸਲੇ 'ਤੇ ਕਿਉਂਕਿ ਡੈਡੀ ਦੇ ਮੈਂ ਤਾਂ ਲੱਤ ਮੈਥੋਂ ਫ੍ਰੈਕਚਰ ਹੋ ਗਈ ਸੀਗੀ ਅਤੇ ਗੁੱਟ ਟੁੱਟ ਗਿਆ ਸੀਗਾ ਅੱਛਾ ਡੈਡੀ ਮਤਲਬ ਬੋਲਦਾ ਨਹੀਂ ਸੀਗਾ ਕਦੇ ਕਦੇ ਹੀ ਮੈਨੂੰ ਬੋਲ ਪੈਂਦਾ ਸੀਗਾ ਉੱਧਰ ਮਤਲਬ ਸਾਡਾ ਦੋਵਾਂ ਦਾ ਬੋਲ ਬਲਾਈਆ ਚੱਲਦਾ ਰਹਿੰਦਾ ਸੀਗਾ ਮਤਲਬ ਡੈਡੀ ਮੈਨੂੰ ਪਹਿਲਾਂ ਮਤਲਬ ਕਹਿੰਦਾ ਸੀ ਮੁੜ ਕੇ ਕਹਿਣੋਂ ਹਟ ਗਿਆ ਸੀ ਇਹ ਚੀਜ਼ ਫਿਰ ਕੀ ਕੁਛ ਵੇਚਦੇ ਰਹੇ ਸਿਲੰਡਰ ਅਤੇ ਘਰ ਟੀ ਵੀ ਪਿਆ ਸੀਗਾ ਉਹ ਵੇਚ ਜਾਂਦਾ ਅਤੇ ਇੱਕ ਮੰਜਾ ਸੀਗਾ ਉਹ ਵੇਚ ਜਾਂਦਾ ਲੋਹੇ ਦਾ ਅਤੇ ਬਾਕੀ ਨਿੱਕਾ ਮੋਟਾ ਸਮਾਨ ਕਬਾੜ ਪਿਆ ਸੀ ਘਰ ਉਹ ਚੱਕ ਕੇ ਵੇਚ ਜਾਂਦਾ ਸਾਈਕਲ ਸੀਗਾ ਉਹ ਵੇਚ ਜਾਂਦਾ ਮਤਲਬ ਜੋ ਵਿਕਣ ਵਾਲੀ ਚੀਜ਼ ਸੀਗੀ ਉਹ ਵਿਕ ਜਾਂਦੀ ਸੀ ਕਾਰਨ ਕੀ ਸੀ ਨਸ਼ਾ ਕਰਨ ਦਾ ਨਸ਼ਾ ਕਰਨ ਨਜ਼ਾਰਾ ਅੱਛਾ ਸ਼ੌਂਕ ਮੈਂ ਕਹਾਂ ਵੀ ਮੈਨੂੰ ਕੋਈ ਦੁੱਖ ਸੀਗਾ ਮੈਨੂੰ ਕੋਈ ਛੱਡ ਗਈ ਸੀਗੀ ਜਾਂ ਮੈਨੂੰ ਮੇਰਾ ਤਾਂ ਕੋਈ ਦਿਲ ਟੁੱਟ ਗਿਆ ਸੀਗਾ ਇਹ ਤਾਂ ਬਹਾਨੇ ਆ ਜੀ ਦਿਲ ਜੁੜਿਆ ਜਿਹੜਾ ਨਹੀਂ ਸੀ ਉਦੋਂ ਫਿਰ ਕਿਤੇ ਦਿਲ ਜੁੜੇ ਸੀਗੇ ਅਤੇ ਉਹ ਵੀ ਟੁੱਟਦੇ ਗਏ ਅੱਛਾ ਕਹਿਣ ਦਾ ਮਤਲਬ ਮੈਨੂੰ ਮੇਰੀ ਗਰਲਫ੍ਰੈਂਡ ਨੇ ਚੈਨੀ ਲੈ ਕੇ ਦਿੱਤੀ ਅਤੇ ਚੈਨੀ ਵੇਚਤੀ ਅਤੇ ਮੈਂ ਰੈਸਟੋਰੈਂਟ ਗਿਆ ਉਹਦੇ ਨਾਲ ਉੱਥੇ ਬੈਠ ਕੇ ਮੈਂ ਜਾਣ ਕੇ ਆਰਡਰ ਦਿੰਦਾ ਗਿਆ ਆਹ ਵੀ ਲਿਆ ਦੇ ਮੈਨੂੰ ਅੰਦਾਜ਼ਾ ਸੀਗਾ ਵੀ 700-800 ਬਿੱਲ ਬਣਨਾ ਚਾਹੀਦਾ ਅਤੇ ਜਦੋਂ ਉਹ ਕਾਊਂਟਰ 'ਤੇ ਬਿੱਲ ਲੈਣ ਪੈਸੇ ਲੈਣ ਆਇਆ ਮੈਂ ਕਿਹਾ ਮੈਂ ਇੱਥੇ ਹੀ ਆ ਕੇ ਦਿੰਦਾ ਮੈਂ ਉਹ ਤੋਂ ਪੈਸੇ ਫੜੇ ਮੈਂ ਕਿਹਾ ਮੈਂ ਦਿੰਦਾ ਪੈਸੇ
ਤੇ ਮੈਂ ਦੂਜੇ ਗੇਟ ਨਿਕਲ ਗਿਆ। ਅੱਛਾ। ਉਹ ਉੱਥੇ ਬੈਠੀ ਵਿਚਾਰੀ, ਮਤਲਬ ਉਹਨੇ ਕਿਸੇ ਤੋਂ ਫਿਰ ਪੈਸੇ ਮੰਗਾ ਕੇ ਉੱਥੇ ਬਿੱਲ ਪੇ ਕੀਤਾ ਤੇ ਮੈਂ ਆਪਦਾ ਉਹਦੇ ਨੂੰ ਨਸ਼ਾ ਲੈਣ ਨਿਕਲ ਗਿਆ ਸੀ। ਦੁਬਾਰਾ ਕਦੇ ਉਸ ਕੁੜੀ ਨਾਲ ਸਾਹਮਣਾ ਹੋਇਆ ਨਹੀਂ? ਮੁੜ ਕੇ ਉਹਨੇ ਮਾਫ਼ ਹੀ ਨਹੀਂ ਕੀਤਾ ਕਦੇ, ਉਹ ਖਤਮ ਹੋ ਗਈ ਕਹਾਣੀ। ਅਤੇ ਕਹਿਣ ਦਾ ਮਤਲਬ ਇਹ ਸੀਗਾ ਮੇਰਾ, ਜਿੱਥੋਂ ਆਪਾਂ ਗੱਲ ਕਰਦੇ ਸੀਗੇ ਵੀ ਮੇਰਾ ਸ਼ੌਂਕ ਸੀਗਾ, ਉਦੋਂ ਬਾਅਦ 'ਚ ਮੈਨੂੰ ਹੌਲੀ ਹੌਲੀ ਲੱਗਣ ਲੱਗਿਆ ਮੈਂ ਫਸ ਗਿਆ। ਪਹਿਲਾਂ ਤਾਂ ਮੇਰਾ ਸ਼ੌਂਕ ਹੀ ਸੀ, ਪਹਿਲਾਂ ਤਾਂ ਮੈਨੂੰ ਲੱਗਦਾ ਹੁੰਦਾ ਸੀ ਮੈਂ ਵੱਖਰਾ, ਮੈਨੂੰ ਕੁਛ ਵੀ ਪਤਾ ਨਹੀਂ ਕੁਛ ਸੀਗਾ ਅੰਦਰ, ਆਈ ਐਮ ਡਿਫਰੈਂਟ ਵਾਲਾ ਵੀ ਮੈਂ ਤਾਂ ਪਤਾ ਨਹੀਂ ਕੀ ਚੀਜ਼ ਹੈ। ਹੁਣ ਪਤਾ ਲੱਗ ਗਿਆ ਕੀ ਚੀਜ਼ ਆ? ਹੁਣ ਤਾਂ ਪਤਾ ਲੱਗ ਗਿਆ ਜੀ ਵੀ ਅਕਲ ਆਈ ਹੈ ਨਾ ਹੁਣ ਤਾਂ। ਹੁਣ ਕੀ ਚੀਜ਼ ਆ? ਹੁਣ ਤਾਂ ਉਹਦੇ ਕਹਿਣ ਵਾਂਗੂ ਬਸ ਆਮ ਜਿਹਾ ਬੰਦਾ ਜੀ। ਹੁਣ ਤਾਂ ਜੇ ਕੋਈ ਕਹਿੰਦਾ ਵਾ ਵੀ ਤੂੰ, ਅੱਗੇ ਜਦੋਂ ਕੋਈ ਮਾੜਾ ਚੰਗਾ ਬੋਲ ਜਾਂਦਾ ਸੀਗਾ ਅਗਲੇ ਨਾਲ ਲੜਨ ਤੱਕ ਜਾਂਦੇ ਸੀਗੇ, ਅਤੇ ਹੁਣ ਲੋਕ ਕਹਿ ਦਿੰਦੇ ਆ ਨਹੀਂ ਗੋਲੀ ਤਾਂ ਖਾਂਦਾ ਹੋਊ ਤਾਂ ਖਾਂਦਾ ਹੋਊ ਐਂ ਤਾਂ ਛੱਡ ਨਹੀਂ ਸਕਦਾ। ਹਾਂ ਹੁਣ ਅਸੀਂ ਸਾਈਕਲ 'ਤੇ ਜਾ ਕੇ ਆਏ ਹਾਂ 1400 ਕਿਲੋਮੀਟਰ। ਹਾਂ ਯਾਰ, ਇਹ ਯਾਤਰਾ ਦੀ ਆਪਾਂ ਗੱਲ ਕਰੀਏ, ਬਾਕੀ ਤਾਂ ਨਸ਼ਿਆਂ ਵਾਲੀ ਗੱਲ ਤਾਂ ਚੱਲਦੀ ਰਹੀ। ਲੋਕਡਾਊਨ ਦੇ ਵਿੱਚ ਤੁਸੀਂ ਬੜਾ ਵਧੀਆ ਕੰਮ ਕੀਤਾ, ਕਿਉਂਕਿ ਮੇਰੀ ਨਜ਼ਰ ਵੀ ਉਦੋਂ ਹੀ ਪਈ ਸੀ ਜਦੋਂ ਤੁਸੀਂ ਸਾਈਕਲ ਦੇ, ਮੇਰੇ ਖਿਆਲ ਲੁਧਿਆਣੇ ਦੇ ਨੇੜੇ ਤੇੜੇ ਸੀ। ਹਾਂਜੀ ਹਾਂਜੀ। ਅਤੇ ਬਈ ਇਹ ਕਦੋਂ ਫੁਰਨਾ ਫੁਰਿਆ ਕਿ ਸਾਈਕਲ ਵਾਲਾ, ਪਹਿਲਾਂ ਵੀ ਚਲਾਉਂਦੇ ਰਹੇ ਹੋ ਇੱਧਰ? ਨਹੀਂ, ਮੈਂ ਪਹਿਲਾਂ ਸਾਈਕਲ ਨਹੀਂ ਸੀ ਲਿਆ, ਮੇਰਾ ਦੋਸਤ ਆ ਜੀ ਅੰਮ੍ਰਿਤਪਾਲ ਸਿੰਘ ਘੁੱਦਾ, ਮੈਂ ਉਹਨੂੰ ਮਤਲਬ ਬਹੁਤ ਟਾਈਮ ਦਾ ਫੋਲੋ ਕਰਦਾ ਵਾਂ। ਉਹ ਸਾਡੇ ਵਾਲੇ ਘੁੱਦੇ ਦਾ ਹੀ ਆ ਨਾ ਭਾਈ? ਹਾਂਜੀ ਹਾਂਜੀ, ਮੈਂ ਕਾਫੀ ਟਾਈਮ ਦਾ ਉਹਨੂੰ ਫੋਲੋ ਕਰਦਾ। ਜਿੱਦਣ ਜਸਵੰਤ ਸਿੰਘ ਕੰਵਲ ਦਾ ਭੋਗ ਸੀਗਾ ਉਦਣ ਸਾਡਾ ਕੰਟੈਕਟ ਹੋਇਆ, ਮੈਂ ਉਹਨੂੰ ਫੇਸਬੁੱਕ 'ਤੇ ਜਾਣਦਾ ਸੀਗਾ। ਉਹ ਫਿਰ ਆਪ ਮੈਂ ਉਹਨੂੰ ਘਰੇ ਲੈ ਕੇ ਗਿਆ, ਮੈਂ ਉਹਨੂੰ ਕਿਹਾ ਬਾਈ ਤੂੰ ਗਿਆ ਸੀ ਕਰਤਾਰਪੁਰ ਸਾਹਿਬ ਸਾਈਕਲ 'ਤੇ, ਅਤੇ ਅਗਲਾ ਵੀ ਜੇ ਕੋਈ ਪ੍ਰੋਗਰਾਮ ਬਣਿਆ ਤਾਂ ਮੈਨੂੰ ਜ਼ਰੂਰ ਦੱਸੀ। ਫਿਰ ਉਹਨੇ ਮੈਨੂੰ ਦੱਸਿਆ, ਕਹਿੰਦਾ ਆਪਾਂ ਲੇਹ ਲਦਾਖ ਜਾਣਾ, ਅਤੇ ਵੀ ਤੂੰ ਸਾਈਕਲ ਲੈ ਲਾ। ਮੈਂ ਕਿਹਾ ਠੀਕ ਆ। ਫਿਰ ਮੈਂ ਸਾਈਕਲ ਲੈ ਲਿਆ, ਉਦੋਂ ਨੂੰ ਲੋਕਡਾਊਨ ਲੱਗ ਗਿਆ, ਅਤੇ ਫਿਰ ਸਾਡਾ ਪ੍ਰੋਗਰਾਮ ਲੇਹ ਲਦਾਖ ਵਾਲਾ ਤਾਂ ਖਤਮ ਹੋ ਗਿਆ ਸੀਗਾ। ਚਲੋ ਹੁਣ ਪੰਜਾਬ ਬਹੁਤ ਥਾਈ ਹੈਗੇ ਘੁੰਮਣ ਵਾਲੇ, ਦੇਖਣ ਵਾਲੀਆਂ ਥਾਵਾਂ ਜਿੱਥੇ ਨਹੀਂ ਗਏ, ਚਲੋ ਇੱਥੇ ਚੱਲਦੇ ਹਾਂ। ਫਿਰ ਅਸੀਂ ਪੰਜਾਬ ਲਈ ਨਿਕਲ ਗਏ। 1400 ਕਿਲੋਮੀਟਰ ਦਾ ਸਫ਼ਰ ਤੁਸੀਂ ਅੰਦਾਜ਼ਾ ਕੀਤਾ? ਹਾਂਜੀ ਹਾਂਜੀ। ਅਤੇ ਪੰਜਾਬ ਦੇਖਿਆ, ਕਦੇ ਯਾਰ ਵੱਖਰਾ ਜਿਹਾ ਲੱਗਿਆ ਹੁਣ ਪੰਜਾਬ ਵੀ? ਉਦੋਂ ਜੋ ਨਸ਼ੇ ਦੇ ਵਿੱਚ ਗਲਤਾਨ ਹੁੰਦੇ ਸੀ ਉਹ ਤਾਂ ਆਪਣੇ ਵਾਲੇ ਵੀ ਉੱਪਰੇ ਲੱਗਦੇ ਸੀ, ਅਤੇ ਹੁਣ ਜਦੋਂ ਤੁਸੀਂ ਗਏ ਹੋਵੋਗੇ ਇੱਕ ਤਾਂ ਥੋੜ੍ਹੀ ਜਿਹੀ ਇੱਜ਼ਤ ਬਣ ਜਾਂਦੀ ਹੈ ਨਾ, ਵੱਖਰਾ ਜਿਹਾ ਹੋ ਜਾਂਦਾ, ਅਤੇ ਤੁਹਾਨੂੰ ਲੱਗਿਆ ਕਿ ਯਾਰ ਪੰਜਾਬ 'ਚ ਵੀ ਚੰਗੇ ਲੋਕ ਹੈਗੇ ਆ? ਭਾਈ ਦੇਖੋ, ਇਹ ਤਾਂ ਟੋਟਲੀ ਡਿਫਰੈਂਟ ਵਾਲਾ ਕੰਮ ਆ। ਕਹਿਣ ਦਾ ਮਤਲਬ ਜੇ ਇੱਕ ਇੱਕ ਨਸ਼ੇ ਨਾਲ ਕੰਪੇਅਰ ਕਰਕੇ ਨਸ਼ੇ ਵਾਲੀ ਜ਼ਿੰਦਗੀ ਨਾ, ਫਿਰ ਤਾਂ ਜਮਾਂ ਹੀ ਫਰਕ ਆ, ਕਿਉਂਕਿ ਮੈਨੂੰ ਤਾਂ ਕੋਈ ਘਰੇ ਨਹੀਂ ਵਾੜ ਕੇ ਰਾਜੀ ਸੀ। ਹੁਣ ਅਗਲੇ ਜਦੋਂ ਕਿਸੇ ਦੇ ਘਰੇ ਰਹਿੰਦੇ ਸੀ, ਅਗਲਾ ਬਾਹਰ ਪੈ ਜਾਂਦਾ ਸੀ ਏ ਸੀ ਵਾਲੇ ਕਮਰੇ 'ਚੋਂ, ਸਾਨੂੰ ਕੰਮ ਏ ਸੀ ਵਾਲੇ 'ਚ ਪਾਉਂਦੇ ਸੀ ਅਗਲੇ। ਲੋਕਡਾਊਨ 'ਚ ਕਿੰਨਿਆਂ ਕੁ ਲੋਕਾਂ ਦੇ ਘਰੇ ਗਏ ਹੋ? ਕਿਉਂਕਿ ਦੋਸਤਾਂ ਮਿੱਤਰਾਂ ਕੋਲ ਠਹਿਰੇ ਹੋਣਗੇ, ਹੋਟਲ ਤਾਂ ਖੁੱਲ੍ਹੇ ਨਹੀਂ ਹੋਣੇ ਹੋਣਾ, ਗੁਰਦੁਆਰੇ ਵੀ ਬਾਹਰ ਦਾ। ਸਭ ਦੋਸਤਾਂ ਮਿੱਤਰਾਂ ਕੋਲ ਹੀ ਗਏ ਸੀਗੇ। ਕੋਈ ਇਹੋ ਜਿਹੇ ਵੀ ਸੀਗੇ ਜਿਹੜੇ ਪਹਿਲੀ ਵਾਰ ਮਿਲੇ? ਹਾਂ ਬਹੁਤ ਸੀਗੇ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਜਿਨ੍ਹਾਂ ਨੂੰ ਅੰਮ੍ਰਿਤਪਾਲ ਪਹਿਲੀ ਵਾਰ ਮਿਲਿਆ, ਕਿਉਂਕਿ ਸਾਰੇ ਜਿੰਨੇ ਫੇਸਬੁੱਕ ਦੋਸਤ ਸੀ ਨਾ। ਕਿੱਡਾ ਵੱਡਾ ਨੈਟਵਰਕ ਬਣ ਗਿਆ! ਬਹੁਤ ਬਹੁਤ ਵੱਡਾ ਜੀ। ਅਸੀਂ ਮਤਲਬ ਸਾਨੂੰ ਟੈਨਸ਼ਨ ਨਹੀਂ ਹੁੰਦੀ ਸੀਗੀ, ਅਸੀਂ ਸਵੇਰੇ ਜਿਹੜੇ ਘਰੋਂ ਤੁਰਦੇ ਹੁੰਦੇ ਸੀ ਨਾ, ਉੱਥੋਂ ਸਟੇਟਸ ਪਾ ਦੇਣਾ, ਅਸੀਂ ਉੱਥੋਂ ਸਟੇਟਸ ਵੀ ਪਾ ਦੇਣਾ, ਅਸੀਂ ਉੱਥੋਂ ਖਾ ਪੀ ਕੇ ਵੀ ਤੁਰਨਾ, ਅਤੇ ਸ਼ਾਮ ਨੂੰ ਜਿਹਦੇ ਘਰੇ ਜਾ ਕੇ ਰੁਕਦੇ ਹੁੰਦੇ ਸੀਗੇ, ਅਸੀਂ ਉਲਟਾ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦਿੰਦੇ ਹੁੰਦੇ ਸੀ ਵੀ ਆਹ ਸਾਡੇ ਕੋਲੋਂ ਲਓ, ਇੰਨਾ ਰਾਜ ਮਿਲਿਆ ਸਾਨੂੰ। ਇਹਦਾ ਗੱਲ ਸੱਚੀ ਹੈ। ਥੋੜ੍ਹੇ ਦਿਨ ਪਹਿਲਾਂ ਮੈਂ ਬਾਈ ਭੁਪਿੰਦਰ ਬਰਗਾੜੀ ਹੋਰਾਂ ਕੋਲ ਬੈਠੇ ਸੀ, ਗੱਲ ਕਰਦੇ ਸੀ, ਉੱਥੇ ਕੋਈ ਕਿਸੇ ਹੋਰ ਸੂਬੇ ਦਾ ਬੰਦਾ ਆਇਆ ਸੀ ਪੰਜਾਬ ਦੇ ਵਿੱਚ, ਉਹਨੂੰ ਪੰਜਾਬ ਦੇ ਲੋਕਾਂ ਨੇ, ਕਿਉਂਕਿ ਸਾਈਕਲਿੰਗ ਵਾਲੇ ਜਿਹੜੇ ਬੰਦੇ ਨੈਟਵਰਕ 'ਚ ਜੁੜੇ ਆ, ਉਹ ਕਹਿੰਦੇ ਉਹਨੂੰ ਬਕਾਇਦਾ ਤੌਰ ਦੇ ਉੱਤੇ ਇੱਕ ਕੋਰੀਅਰ ਕਰਾ ਕੇ 35-40 ਕਿਲੋ ਸਮਾਨ ਵਾਪਸ ਭੇਜਣਾ ਪਿਆ ਅੱਡ ਜਦੋਂ ਪੰਜਾਬ 'ਚੋਂ ਜਦੋਂ ਤੱਕ ਨਿਕਲਿਆ। ਸ਼ਾਇਦ ਇਹ ਸਾਡੇ ਕਲਚਰ ਦਾ ਹਿੱਸਾ ਹੈ। ਬਿਲਕੁਲ ਜੀ, ਬਿਲਕੁਲ ਹੈਗਾ ਵਾ ਵੀ ਮਤਲਬ ਬੰਦਾ ਇੱਥੇ ਭੁੱਖਾ ਨਹੀਂ ਮਰ ਸਕਦਾ, ਭੁੱਖਾ ਨਹੀਂ ਇੱਥੇ ਮਰ ਸਕਦਾ, ਇੱਥੇ ਬੰਦਾ ਰੱਜਿਆ ਹੀ ਰਹੂਗਾ। ਅਸੀਂ ਘੱਟੋ ਘੱਟ 10 ਕਿਲੋ ਖਾ ਜਾਂਦੇ ਸੀ ਜੀ ਹਰ ਰੋਜ਼, ਇੰਨਾ ਸਮਾਨ ਤਾਂ, ਕਿਉਂਕਿ ਸਾਈਕਲ ਚੱਲਦਾ ਸੀਗਾ ਸਾਰਾ ਦਿਨ ਅਤੇ ਪਚਦਾ ਵੀ ਸੀਗਾ, ਸਹੀ ਹੈ, ਅਤੇ ਖਾਂਦੇ ਵੀ ਸੀ ਅਤੇ ਮੁੱਕਦਾ ਵੀ ਨਹੀਂ ਸੀ। ਇੰਨਾ ਮਤਲਬ ਪਿਆਰ ਕਰਨ ਵਾਲੇ ਬੰਦੇ ਆ। ਇਹ ਤਾਂ ਹੁਣ ਆਏ ਆ, ਕਿਉਂਕਿ ਮੈਨੂੰ ਤਾਂ ਜਦੋਂ ਪਹਿਲਾਂ ਸੀਗਾ ਨਸ਼ੇ 'ਚ, ਮੈਨੂੰ ਤਾਂ ਸਾਰੇ ਨਸ਼ੇ ਵਾਲੇ ਹੀ ਦਿੰਦੇ ਹੁੰਦੇ ਸੀਗੇ, ਅਤੇ ਜਦੋਂ ਬੰਦੇ ਚੰਗੇ ਲੱਭਣੇ ਹੋਣ, ਕਿਉਂਕਿ ਹੁਣ ਚੰਗੇ ਲੱਭਣ ਗਏ ਸੀ ਨਾ, ਅਤੇ ਹੁਣ ਚੰਗੇ ਹੀ ਲੱਭੇ, ਬਥੇਰੇ ਚੰਗੇ ਹੈਗੇ ਲੋਕ। ਅਤੇ ਜਿਵੇਂ ਉਹ ਐਂ ਨਹੀਂ ਲੱਗਦਾ ਸੁਣਨਾ ਜਾਂ ਸਾਂ ਜਾਂਦੇ ਕਿ ਜੀ ਜਾਂ ਨਹੀਂ ਕਰਦਾ ਸੀ ਯਾਰ, ਇੱਥੇ ਮਰਿਆ ਹੁੰਦਾ ਹੁਣ, ਹੱਥ ਜਾਂ ਮਾਰ ਕੇ ਸੁੱਟਾ ਜਾ ਹੁਣ, ਕਦੇ ਕਦੇ ਦਿਮਾਗ ਜਾਂ ਤਾਂ ਆਉਂਦਾ ਐਵੇਂ, ਮੈਂ ਕਹਾਂ ਵੀ ਆਉਂਦਾ ਵਾ। ਹੁਣ ਅਸੀਂ ਇੱਕ ਉੱਧਰ ਪਹਾੜਾਂ 'ਚ ਪਿੰਡ ਜਿਹਾ ਸੀਗਾ ਇੱਕ, ਉੱਥੇ ਮਤਲਬ ਟਰੈਕਿੰਗ ਏਰੀਆ ਬਣਿਆ ਹੋਇਆ, ਚੋ ਬਣੀ ਹੋਈ ਹੈ, ਅਤੇ ਉੱਥੇ ਦਿਮਾਗ 'ਚ ਆਇਆ ਮੈਂ ਕਿਹਾ ਇੱਥੇ ਹੁਣ ਪਰਨਾ ਵਿਛਾ ਕੇ ਅਤੇ ਚਿਲਮ ਭਰੀ ਹੋਵੇ, ਉਹ ਫਿਰ ਇਹੋ ਜਿਹੀਆਂ ਫੀਲਿੰਗ ਆ ਜਾਂਦੀ ਹੈ, ਐਕਸ਼ਨਾਂ 'ਤੇ ਕੰਟਰੋਲ ਫੀਲਿੰਗ ਆ ਜਾਂਦੀ ਹੈ। ਹੁਣ ਬੰਦਾ ਪੈਗ ਲਾਉਂਦਾ ਹੋਵੇ ਭਾਵੇਂ 20 ਸਾਲ ਛੱਡੀ ਰੱਖੇ, ਉਹਨੂੰ ਕਿਹੜਾ ਯਾਦ ਨਹੀਂ ਵੀ ਪਹਿਲਾਂ ਪੈਗ ਲਾ ਕੇ ਗੱਲਾਂ 'ਚੋਂ ਸੇਕ ਨਿਕਲਣ ਲੱਗ ਜਾਂਦਾ। ਯਾਦ ਆ ਮੈਨੂੰ ਕਿਹੜਾ ਭੁੱਲ ਗਿਆ ਵੀ ਟੀਕਾ ਇੱਥੋਂ ਦੀ ਲੰਘਦਾ, ਅਤੇ ਦਿਲ 'ਤੇ ਨੂਣ ਵਾਂਗੂ ਫੈਲਦਾ ਕਿਤੇ ਮੈਂ ਭੁੱਲਿਆ ਥੋੜ੍ਹਾ,
ਫੀਲਿੰਗ ਆ ਜਾਂਦੀ ਹੈ ਪਰ ਐਕਸ਼ਨਾਂ 'ਤੇ ਕੰਟਰੋਲ ਆ ਵੀ ਚੱਕਦੇ ਨਹੀਂ ਅਜੇ ਨਸ਼ਾ ਛੱਡਿਆ ਕਦੋਂ ਜਦੋਂ ਇਹ ਮਨ ਪੱਕਾ ਕਿਹੜੇ ਦਿਨ ਬਣਿਆ ਉਹਦਾ ਕੀ ਕਾਰਨ ਸੀਗਾ ਕਾਰਨ ਬਾਈ ਜੀ ਇਹ ਸੀਗਾ ਵੀ ਮੈਂ ਛੱਡਣ ਵਾਲਾ ਹੈ ਨਹੀਂ ਸੀ ਮੈਂ ਤੰਗ ਜ਼ਰੂਰ ਸੀਗਾ ਫਸਿਆ ਜ਼ਰੂਰ ਸੀ ਹਰ ਰੋਜ਼ ਮੈਂ ਕਹਿੰਦਾ ਹੁੰਦਾ ਸੀਗਾ ਵੀ ਬਸ ਯਾਰ ਕੱਲ੍ਹ ਨੂੰ ਛੱਡ ਦੇਣਾ ਕੱਲ੍ਹ ਨੂੰ ਛੱਡ ਦੇਣਾ ਅਤੇ ਸਹੁੰਆਂ ਖਾਂਦਾ ਹੁੰਦਾ ਸੀਗਾ ਵੀ ਹਰਿਮੰਦਰ ਸਾਹਿਬ ਦੀ ਸਹੁੰ ਆ ਫਲਾਨੇ ਗੁਰਦੁਆਰੇ ਦੀ ਸਹੁੰ ਇੱਥੋਂ ਵਾਲੀ ਸਹੁੰ ਅਤੇ ਪਰ ਛੁੱਟਦਾ ਨਹੀਂ ਸੀਗਾ ਬਹੁਤ ਕੋਸ਼ਿਸ਼ ਵੀ ਕੀਤੀ ਡਾਕਟਰਾਂ ਕੋਲ ਲੈ ਕੇ ਗਈ ਮਾਤਾ ਮੇਰੀ ਡਾਕਟਰ ਮੈਨੂੰ ਤੰਦਰੁਸਤ ਕਰਕੇ ਘਰੇ ਭੇਜ ਦਿੰਦੇ ਸੀਗੇ ਸੁਧਾਰਦੇ ਨਹੀਂ ਸੀ ਉਹ ਵੀ ਬਾਬਿਆਂ ਦੇ ਲੈ ਗਏ ਉਹ ਵੀ ਨਹੀਂ ਉਹਨਾਂ ਦਾ ਕੰਮ ਹੀ ਨਹੀਂ ਵਿਚਾਰਿਆਂ ਦਾ ਡਿਪਾਰਟਮੈਂਟ ਹੀ ਹੋਰ ਡਿਪਾਰਟਮੈਂਟ ਹੀ ਹੋਰ ਆ ਅਤੇ ਮਤਲਬ ਮੈਂ ਫਸਿਆ ਸੀਗਾ ਮੈਂ ਮਤਲਬ ਜਦੋਂ ਨਸ਼ਾ ਨਿਕਲਦਾ ਸੀ ਮਾੜਾ ਜਿਹਾ ਦੋ ਚਾਰ ਦਿਨ ਲਾਈਫ ਦੇ ਵਿੱਚੋਂ ਤਾਂ ਖਾਲੀ ਪਾਣਾ ਆ ਜਾਂਦਾ ਸੀਗਾ ਜੀ ਨਹੀਂ ਲੱਗਦਾ ਸਾਰਾ ਕੁਝ ਭੈੜਾ ਭੈੜਾ ਹੀ ਲੱਗਦਾ ਸੀਗਾ ਤੋੜ ਜਿਹੜੀ ਆ ਉਹ ਤਾਂ ਵੱਖਰੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਮਤਲਬ ਜਦੋਂ ਹਾਲਾਤ ਬੱਤਰ ਹੁੰਦੇ ਗਏ ਕਾਲਜ ਦਾ ਲੈਕਚਰਾਰ ਜਦੋਂ ਬੀੜੀਆਂ ਪੀਣ ਲੱਗ ਗਿਆ ਇੱਥੇ ਮੰਗਦਾ ਫਿਰਦਾ ਹੁੰਦਾ ਜੀ ਪਿੰਡ 'ਚ ਹਰੇਕ ਘਰੋਂ ਹਾਂਜੀ ਮਤਲਬ ਹਾਲਾਤ ਜਿਹੜੇ ਮੇਰੇ ਬਦਲੇ ਆ ਕਿਉਂਕਿ ਜਦੋਂ ਨਾ ਜਿਹੜਾ ਟਰਨਿੰਗ ਪੁਆਇੰਟ ਆ ਜਿੱਥੇ ਤੱਕ ਮੈਂ ਤੁਹਾਨੂੰ ਉਸ ਦਿਨ ਤੱਕ ਲੈ ਚੱਲਦਾ ਵਾ ਵੀ ਜਿੱਥੇ ਤੱਕ ਨਸ਼ਾ ਦਿਮਾਗ ਵਿੱਚ ਸੀਗਾ ਮੈਂ ਜਦੋਂ ਅਖੀਰ 'ਤੇ ਮਰਨ ਵਾਲਾ ਹੋ ਗਿਆ ਮੇਰਾ ਹਾਲਾਤ ਬਸ ਮੇਰੇ ਘਰ ਤੋਂ ਅਤੇ ਸਾਡੇ ਨਾਲ ਦੇ ਇੱਧਰ ਸਮਾਨ ਵੇਚਦਾ ਹੁੰਦਾ ਸੀਗਾ ਮੁੰਡਾ ਇਹ ਕੰਮ ਉਹਦੇ ਘਰ ਤੱਕ ਮੇਰਾ ਹੁੰਦਾ ਸੀਗਾ ਬਸ ਜਿਹੜਾ ਸਰਕਲ ਅਤੇ ਦਾੜੀ ਐਡੀ ਐਡੀ ਮਤਲਬ ਜੇ ਕੋਈ ਮਿਲੇ ਮੈਂ ਕਹਿਣਾ ਮੈਂ ਗੁਰਸਿੱਖ ਬਣਨ ਲੱਗਾ ਹੁਣ ਨਸ਼ਾ ਛੱਡਣ ਲੱਗਾ ਹਾਲਾਂਕਿ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ ਦਾੜੀ ਕਟਾਉਣ ਨੂੰ ਜਾਂ ਵਾਲ ਕਟਾਉਣ ਨੂੰ ਅਤੇ ਉਦੋਂ ਫਿਰ ਘਰਦਿਆਂ ਨੂੰ ਲੱਗਿਆ ਵੀ ਇਹ ਮਰੂਗਾ ਹੁਣ ਵੀ ਇਹਦਾ ਕੋਈ ਕਰੀਏ ਹੱਲ ਫਿਰ ਉਹਨਾਂ ਨੇ ਸੈਂਟਰ ਹਿਮਾਚਲ ਦੇ ਵਿੱਚ ਮੈਨੂੰ ਭੇਜਿਆ ਅਤੇ ਉਹ ਮੈਨੂੰ ਡਬਲ ਗੁੱਸਾ ਚੜ੍ਹ ਗਿਆ ਵੀ ਇਹਨਾਂ ਨੇ ਮੇਰੇ ਨਾਲ ਐਂ ਕੀਤੀ ਅਤੇ ਵੀ ਮੈਨੂੰ ਮੈਂ ਉੱਥੇ ਬੈਠ ਕੇ ਉਹਨਾਂ ਨੂੰ ਪਲੈਨਿੰਗਾਂ ਕਰਦਾ ਹੁੰਦਾ ਸੀ ਜੇ ਵੀ ਜਿਵੇਂ ਮੇਰੇ ਨਾਲ ਇੱਥੇ ਹੋਈ ਜਾਂਦੀ ਜਾ ਕੇ ਮੈਂ ਵੀ ਇਹਨਾਂ ਨਾਲ ਹੀ ਕਰਨੀ ਵੀ ਮੈਂ ਕੁੱਟਣੇ ਆ ਮੈਂ ਜਾ ਕੇ ਮਾਰ ਦੇਣੇ ਆ ਵੀ ਜਾਂ ਤਾਂ ਇਹਨਾਂ ਨੂੰ ਜ਼ਹਿਰ ਦੇ ਦੇਣਾ ਜਾਂ ਕਿਸੇ ਤੋਂ ਮਰਵਾ ਦੇਣੇ ਆ ਅਤੇ ਇਹ ਚੀਜ਼ਾਂ ਮਤਲਬ ਪਲੈਨਿੰਗ ਚੱਲਦੀਆਂ ਰਹਿੰਦੀਆਂ ਸੀਗੀਆਂ ਕਦੇ ਕਦੇ ਆਜ ਵੀ ਜਾਂਦਾ ਸੀ ਦਿਲ 'ਚ ਦਇਆ ਵੀ ਆ ਜਾਂਦੀ ਸੀ ਉੱਥੇ ਜਦੋਂ ਯਾਦ ਆਉਂਦੀ ਸੀਗੀ ਨਹੀਂ ਤਾਂ ਤਪਿਆ ਰਹਿੰਦਾ ਸੀਗਾ ਹੁਣ ਚੱਕਰ ਇਹ ਸੀਗਾ ਵੀ 2 ਮਹੀਨੇ ਬਾਅਦ ਉੱਥੇ ਮਿਲਣ ਦਿੰਦੇ ਆ ਘਰਦਿਆਂ ਨੂੰ ਜਦੋਂ ਮੇਰੀ ਮਾਂ ਅਤੇ ਡੈਡੀ ਸਾਨੂੰ ਮਿਲਣ ਆਏ ਸੀ ਨਾ ਉਹ ਦਿਨ ਦਾ ਸੀਗਾ ਕਿ ਜਦੋਂ ਮੈਂ ਸੈਂਟਰ ਗਿਆ ਸੀਗਾ ਆਪਣੀ ਮਾਂ ਨੂੰ ਕੁੱਟ ਕੇ ਗਿਆ ਸੀ ਮਾਂ ਨੂੰ ਜਾਣੀ ਕਿ ਇੰਨਾ ਕੁ ਕੁੱਟਿਆ ਮੇਰੇ ਸਾਹਮਣੇ ਉਹਦੇ ਕੋਲ ਪੈਸੇ ਸੀਗੇ 500 ਰੁਪਈਆ ਮੈਂ ਉਹਨੂੰ ਕਹਿੰਦਾ ਮੈਨੂੰ 500 ਦਿਓ ਕਹਿੰਦੀ ਪੁੱਤ ਹੈ ਨਹੀਂ ਮੇਰੇ ਕੋਲ ਵੀ ਮੇਰੇ ਕੋਲ ਛੋਟੀ ਸੀਗੀ ਤੂਤ ਦੀ ਅਤੇ ਵੀ ਮੈਨੂੰ ਮੈਂ ਤੋੜਦਾ ਭੰਨਿਆ ਹੋਇਆ ਸੀਗਾ ਅਤੇ ਮੈਂ ਮਾਤਾ ਨੂੰ ਕੁੱਟਣ ਡਹਿ ਪਿਆ ਕਿਉਂਕਿ ਇੱਕ ਹੁੰਦਾ ਵੀ ਚੋਰੀ ਪਏ ਆ ਚੱਕ ਕੇ ਲੈ ਗਿਆ ਇੱਕ ਹੁੰਦਾ ਵੀ ਦੁੱਗਣਾ ਗੁੱਸਾ ਚੜ੍ਹ ਗਿਆ ਮੈਨੂੰ ਆਪਦੇ ਮੈਂ ਕਿਉਂਕਿ ਮੈਂ ਆਪਦੇ ਆਪ ਨੂੰ ਸਹੀ ਸਮਝਦਾ ਸੀ ਨਾ ਵੀ ਪੈਸੇ ਹੈ ਵੀ ਹੈਗੇ ਆ ਅਤੇ ਉੱਤੋਂ ਲੱਛਣ ਕਰਦੇ ਆ ਮੈਨੂੰ ਬਸ ਉਸ ਗੁੱਸੇ ਦੇ ਅੰਦਰ ਹੀ ਮਾਤਾ ਮੈਨੂੰ ਮਤਲਬ ਛੋਟੀ ਸੀਗੀ ਮੈਂ ਕੁੱਟੀ ਗਿਆ ਉਹ ਵਿਚਾਰੀ ਬਾਹਾਂ ਮੂਹਰੇ ਕਰਦੀ ਸੀ ਵੀ ਮੇਰੇ ਨਾ ਵੱਜੇ ਸੋਟੀਆਂ ਪਰ ਉਹਦੀਆਂ ਬਾਹਾਂ ਸੁੱਜ ਗਈਆਂ ਨੀਲੀਆਂ ਹੋ ਗਈਆਂ ਉਸ ਤੋਂ ਬਾਅਦ ਜਦੋਂ ਹੁਣ ਜਦੋਂ 2 ਮਹੀਨਿਆਂ ਬਾਅਦ ਮੇਰੇ ਘਰ ਦੇ ਮੈਨੂੰ ਮਿਲਣ ਆਏ ਅਤੇ ਉਹ ਆਫਿਸ ਦੇ ਵਿੱਚ ਬੈਠੇ ਸੀਗੇ ਜਦੋਂ ਮੈਨੂੰ ਅੰਦਰੋਂ ਕੱਢ ਕੇ ਲੈ ਕੇ ਆਏ ਅਤੇ ਮੇਰੇ ਡੈਡੀ ਨੇ ਦੇਖਣ ਸਾਰ ਮੈਨੂੰ ਮਤਲਬ ਜੋ ਦੇਖਿਆ ਪਹਿਲਾਂ ਡੈਡੀ ਨੇ ਜੱਫੀ ਪਾਈ ਅਤੇ ਪੈਰਾਂ 'ਚ ਡੈਡੀ ਦੇ ਸਿਓ ਕੇਲੇ ਰੱਖੇ ਹੋਏ ਫਲ ਫਰੂਟ ਅਤੇ ਮਾਂ ਮੇਰੀ ਦੂਰ ਖੜ੍ਹੀ ਉਹ ਜੱਫੀ ਪਾਉਣ ਲਈ ਆਏ ਬਾਹਾਂ ਅੱਡ ਕੇ ਉਦਣ ਅਸੀਂ ਮੈਨੂੰ ਸ਼ਰਮ ਆਈ ਵੀ ਸਿਕੰਦਰਾ ਤੂੰ ਇਹਨਾਂ ਨੂੰ ਜ਼ਹਿਰ ਦੇਣ ਨੂੰ ਫਿਰਦਾ ਤੇਰੇ ਲਈ ਫਲ ਲੈ ਕੇ ਆਏ ਤੂੰ ਇਹਨਾਂ ਨੂੰ ਆਹ ਬਾਹਾਂ ਤੂੰ ਕੁੱਟ ਕੇ ਆਇਆ ਸੀਗਾ ਤੇਰੇ ਲਈ ਅੱਡੀਆਂ ਖੜੀਆਂ ਇਹ ਕਹਿਣ ਦਾ ਮਤਲਬ ਵੀ ਉਦਣ ਮੈਨੂੰ ਸ਼ਰਮ ਆ ਗਈ ਇਸ ਗੱਲ 'ਤੇ ਵੀ ਉਦਣ ਮੈਨੂੰ ਜਿਹੜਾ ਕੁ ਮੈਂ ਸੋਚੀ ਜਾਂਦਾ ਸੀ ਨਾ ਵੀ ਉਦੋਂ ਉਲਟ ਮੈਨੂੰ ਐਂ ਲੱਗਦਾ ਸੀਗਾ ਵੀ ਮੈਨੂੰ ਤਾਂ ਇਹਨਾਂ ਨੇ ਸੈੱਟ ਤਾਂ ਹੁਣ ਨਹੀਂ ਲੈ ਕੇ ਜਾਂਦੇ ਮੈਂ ਤਾਂ ਇੱਥੇ ਹੀ ਮਰੂੰਗਾ ਮੇਰੇ ਅੰਦਰ ਨਿੱਤ ਗੁੱਸਾ ਭਰਦਾ ਆਉਂਦਾ ਸੀਗਾ ਪਰ ਉਹ ਜਦੋਂ ਉਸ ਦਿਨ ਉਹ ਮਿਲੇ ਉਦਣ ਜਾ ਕੇ ਮੈਨੂੰ ਮਤਲਬ ਪੂਰਾ ਹੋਇਆ ਵੀ ਨਹੀਂ ਮੈਂ ਹੁਣ ਨਸ਼ਾ ਛੱਡਣਾ ਚਾਹੁੰਦਾ ਵਾਂ ਉਸ ਤੋਂ ਬਾਅਦ ਮਤਲਬ ਉੱਥੇ ਜੋ ਹੁੰਦਾ ਸੀਗਾ ਮੈਂ ਥੋੜ੍ਹਾ ਜਿਹਾ ਇਮਾਨਦਾਰੀ ਨਾਲ ਕਰਨ ਲੱਗ ਗਿਆ ਜੋ ਲਿਖਾਉਂਦੇ ਪੜ੍ਹਾਉਂਦੇ ਸੀਗੇ ਜੋ ਉੱਥੇ ਐਕਟੀਵਿਟੀ ਕਰਦੇ ਸੀਗੇ ਉਦੋਂ ਬਾਅਦ 'ਚ ਜਦੋਂ ਮੈਂ ਘਰ ਆਇਆ ਅਤੇ ਉਦੋਂ ਬਾਅਦ 'ਚ ਮੈਨੂੰ ਆਏ ਨੂੰ ਫਿਰ ਪਤਾ ਲੱਗਿਆ ਵੀ ਜਿਹੜੀ ਮੇਰੀ ਸੈਂਟਰ ਦੀ ਫੀਸ ਸੀ ਮੇਰੀ ਮਾਂ ਨੇ ਆਪਦੀਆਂ ਵਾਲੀਆਂ ਵੇਚ ਕੇ ਭਰਤੀ ਸੀ
क्योंकि जे मैं घर तो खाली करके गया सीगा ते वो मतलब गहने रखती माता ने 20,000 रुपया तो लेके ते मेरी फीस भरती ते वो पर्ची इस वक्त भी मेरे को मैं हमेशा आपके कोल ही रख नहीं चाहिए हाँ मैं कोल रखता भी मैनू औकात याद रही है भी सिकंदरा तू आपकी माँ के कन्न सुन्ने कराए से बई वो संस्कार तक भी कन्न सुनिया च ही गई है भी तू यह जहा बंदा वा भी जिन्हें मतलब मां भी नहीं हार शिंगार करके तोरी भी तू यह भी जोड़ा वो पाया से तू वह भी लभा लिया भी शर्म आती रहे परची हजे भी मेरी मतलब जेब च रही है भी वो यही चीज़ा मतलब जिन्होंने मैनू रोक के रख लिया जोड़ा मतलब मेन टर्निंग पॉइंट आ भी क्योंकि माँ मैं माता क्या मैं क्या अपने रिश्तेदार की लत तोड़ती सी सेंटर वाले ने तो तू उन्हां दी रेकमेंडेशन ते मैनू भेजता भी तैनू डर नहीं लग्या भी मेरी भी लत तोड़नगे कहिंदी भावें पुत दोवें तोड़ देंदे मैथों मरदा तो नहीं ना देखा जाता है मैथों साहां दी डोर टुटदी थोड़ो मंजूर सी तो मतलब थोड़ा जिहा जिहड़े मेरे वह भरम भुलेखे जे सी क्योंकि हुण नशे चों निकलिया होया सीगा नशा कर नहीं रहा सीगा दिमाग चलदा सीगा उदो फिर गल्लां खाने च पैण लग गईआं भी माता तो मेरी प्यार ही बहुत करदी मैनू बहुत मतलब अखा तो जोड़े चश्मे चढ़े से वह लह गए थे फिर उस दिन तो मतलब ठीक हो गया हौली हौली घट किया जमा ही छड़ता फरीके नहीं जोड़े दिन मैं पहले दिन ही सेंटर चलिया गया दो महीन का बच्चे गया मैं रात को 21 जनवरी 2014 रात को 9 बजे दो टीके ला के पिया 10 बजे वह आके मैनू लै गए 12 बजे तो बाद दिन अगला शुरू हो जाता वह दिन क्लीन है मेरा मैं हूँ भी जो आपका जन्मदिन मना 22 जनवरी मना मैं दूजा जन्मदिन नहीं मना भी उस मैं की खटिया गांधी पाया जिन्हें जोड़े दिन तो जिंदगी सुधरी है उस दिन तो हूँ जन्मदिन मना 22 जनवरी मेरा जन्मदिन होंगे उस दिन ही केक कटते हैं तो हूँ जिमें कॉन्टीन्यूटी है जी नशे की भी है तो नशे तो दूर रहती भी है क्योंकि अक्सर मैं मंगिया टाल उन्होंने भी गल की होर थम से भी वो एक गल होर पता लगी कि जिमें नारकोटिक्स अनोनीमस ज कुछ होर संस्थाव ने उसनों जोड़ के रख दें इस चीज़ ना कि भाई तुम नशा पता करने वाले ही साढ़े शामिल होवो तो आपके तजर्बे साझे करते रहो हफ्तावारी साढ़े ना तालमेल च रहो कुछ योजा भी कर रहे हो हाँ जी बिल्कुल जी मैं मतलब जुड़िया होया वा तो ए है ना जी कि कहते होंगे ना जे डिपार्टमेंट जो बिजली डिपार्टमेंट वाला बंदा छुट्टी लैन जाता वो बिजली बोर्ड के दफ्तर जाता डॉक्टर सिविल सर्जन को जाता तो जे बंदे ने नशा छड़ना नशा छड़े वाले की संगत जो बहिंदा उदों नशा छड़ दिंदा ठीक है ना हुण मैं नशा छड़ के मैनू एक बारी तो छुट गया मेरा रौला तो यह भी छड़ के रखना सिकंदरा छड़ के नशा छड़ना बहुत सौखा छड़ के रखना औखा हुण उहदे लई क्योंकि मैं नशा छड़न वाली जिंदगी का एक्सपीरियंस किया ही नहीं कदे ठीक है ना तो क्योंकि उदू पहला से बिना नशे वाली जिंदगी से जो तो बचपन तो लैके लंघ गई हुण वो जिहड़ी ट्रेनिंग सी वो मैनू उत्थे ही मिलदी सी जो भी मोटीवेशन सी जो भी मतलब क्योंकि एक पंजाब दे विच आपां वसदे आं इत्थे जो एक बारी बंदे ते धब्बा लग जाए उहनूं लोक मूँह नहीं लाउंदे मतलब ही नहीं ठीक है ना मूँह नहीं लाउंदे गे हुण हरेक बंदा मेरे वर्गा भाषण देण लग जांदा स्टेजां ते चढ़ के दो कामणियां खा के हाँ काब दो कामणियां खा के सही गल है ते नशे छड्डो फलाना करो पुराणी संगत छड्डो तुसीं फलाना रौला यह है भी चलो अमली का मन बन गया पुरानी संगत छड्ड दिंदा वा नवी कड़ा उन्हें कोले बाउंदी है आ भी गल वड्डी है चंगे कड़ा कोले बाउंदे है ठीक है ना फिर पुराने आवाजा मारते होंगे क्योंकि उदा तो सानू समाजिक सिक्ख्या विच पढ़ाता भी असी समाजिक लोग आ साडा समाज बिना नहीं सर सकता ठीक है अमली समाज आपदा सरजना पैंदा ते फिर अमली समाज तो बाहर आ जदों इन्हां नूं तुसीं सुधारना चाहुंदे आ तुसीं माड़े इन्हां तों दूर करते चंगे तां बहिंदे नहीं कोले इन्हां दे ठीक है ना वो चीज़ आ भी धब्बा लग जाए हूँ बई जी तुम इतने खड़ के रोड से नचो थोनू कहे लोगों ने कहना कहीं कहदी खुशी चढ़ी है तो मैं नच के देखा आपके पिंड दे इतने लोगों ने कहना रज्जिया फिर ठीक है ना तो, पिंड वाले यकीन करते हो नहीं पिंड वाले यकीन करते बथेरे आ जोड़े को बहते आ जोड़े वरतते आ ठीक आ म बाकी भी लोगों को पता वा क्योंकि जदों बुरा हाल हों डिगदा फिर जो सुकया सड़िया उदों भी लोगों ने देखा वा तो हूँ भी देखते इन्हों पता वा पर जिहड़े बिच हुंदे आ ना उहो चालबाज जाण के जिहड़े जरदे नहीं गे जिहड़े उह पता कौन आ जदों मैं घरे लड़दा हुंदा सीगा ते उह जदों कलेश पैंदा हुंदा सीगा समान गली च बाहर पिया हुंदा सीगा घरदिआं दा ते
ਉਦੋਂ ਫਿਰ ਆਂਢ ਗਵਾਂਢ ਜਦੋਂ ਫੋਨ ਲਾ ਦਿੰਦੇ ਹੁੰਦੇ ਸੀ ਸਿਕੰਦਰ ਤਾਂ ਕਲੇਸ਼ ਪਾਈ ਬੈਠਾ ਰੌਲਾ ਪਈ ਜਾਂਦਾ ਆ ਜਾਓ ਉਹ ਡੀਲਰ ਆ ਪਿੰਡ ਦੇ ਵਿੱਚ ਜ਼ਮੀਨਾਂ ਜਿਹੇ ਵਾਲੇ ਉਹ ਆਉਂਦੇ ਹੁੰਦੇ ਸੀ ਫਿਰ ਘਰੇ ਉਹਨਾਂ ਨੇ ਐਂ ਪਹਿਲਾਂ ਗੇੜਾ ਕੱਢਣਾ ਗਲੀ ਦੇ ਵਿੱਚ ਇੱਧਰ ਨੂੰ ਫਿਰ ਇੱਧਰ ਨੂੰ ਮਾਹੌਲ ਜਿਹਾ ਦੇਖਣਾ ਹਾਂ ਮਾਹੌਲ ਜਿਹਾ ਦੇਖਣਾ ਫਿਰ ਉਹਨਾਂ ਨੇ ਆਉਣਾ ਅਤੇ ਉਹਨਾਂ ਨੇ ਆ ਕੇ ਕਹਿਣਾ ਵੀ ਕੀ ਹੋ ਗਿਆ ਕਾਕਾ ਤੂੰ ਐਂ ਕਲੇਸ਼ ਪਾਇਆ ਫਲਾਨਾ ਮੈਂ ਕਹਿਣਾ ਮੈਨੂੰ ਯਾਰ ਪੈਸੇ ਨਹੀਂ ਦਿੰਦੇ ਇਹ ਤੂੰ ਇੰਨੀ ਜ਼ਮੀਨ ਦਾ ਮਾਲਕ ਉਹਦੀ ਕਹਿੰਦੇ ਨਾ ਉਹਨੇ ਉਹਨੇ ਕਹਿਣਾ ਨਹੀਂ ਨਹੀਂ ਕਾਕਾ ਐਂ ਨਹੀਂ ਕਰੀਦਾ ਹੁੰਦਾ ਘਰਦਿਆਂ ਨਾਲ ਨਹੀਂ ਲੜੀਦਾ ਹੁੰਦਾ ਤੂੰ ਆ ਬੈਠ ਕੋਈ ਨਾ ਕਿਤਰਾ ਕਰਦੇ ਹੱਲ ਮੈਨੂੰ ਘਰੇ ਲੈ ਜਾਣਾ ਮੈਨੂੰ ਉਹਨਾਂ ਨੇ ਮਤਲਬ ਤੇਰਾ ਤਾਏ ਦਾ ਮੁੰਡਾ ਵੀ ਜ਼ਮੀਨ ਵੇਚ ਕੇ ਕੈਨੇਡਾ ਚੜ੍ਹ ਗਿਆ ਜੱਟਾਂ ਕੋਲ ਜ਼ਮੀਨ ਕਿਹੜੇ ਕੰਮ ਨੂੰ ਹੁੰਦੀ ਆਹੀ ਕੰਮ ਨੂੰ ਹੁੰਦੀ ਆ ਤੂੰ ਇੱਥੇ ਫਿਰਦਾ ਵਾ ਮਿਹਨਤਾਂ ਕਰਦਾ ਇਹਨਾਂ ਦੀਆਂ ਤੂੰ ਵੀ ਚੜ੍ਹ ਮੈਂ ਕਹਿਣਾ ਗੱਲ ਤਾਂ ਸਹੀ ਹੈ ਬਾਈ ਕਰਾਉਣੀ ਤਾਂ ਇਹਨਾਂ ਨੇ ਵੀ ਆਈ ਆ ਅਤੇ ਪਰ ਆਪਾਂ ਵੀ ਹੁਣ ਅਮਲੀ ਕਿਹੜਾ ਅਗਲੇ ਤੋਂ ਪੰਜ ਚਾਰ ਪੰਜ ਹਜ਼ਾਰ ਰੁਪਇਆ ਫੜਨਾ ਤੇ ਸਤਿ ਸ੍ਰੀ ਅਕਾਲ ਹੁਣ ਉਹ ਬੰਦੇ ਆ ਜਿਹੜੇ ਕਹਿੰਦੇ ਆ ਨਾ ਨਹੀਂ ਇਹ ਕਿੱਥੇ ਸੁਧਰਿਆ ਵਾ ਮੇਰੇ ਨੀ ਮੁੜੇ ਮੇਰੇ ਨੀ ਮੁੜੇ ਨੇ ਉਹ ਮਤਲਬ ਹਜੇ ਉਹਨਾਂ ਦੀਆਂ ਗਰਾਰੀਆਂ ਵਾ ਉਹ ਬੰਦੇ ਹਜੇ ਤੱਕ ਐਂ ਕਹਿ ਦਿੰਦੇ ਹੁਣ ਮੈਂ ਮੇਰੀ ਬਾਂਹ ਦਾ ਮਾਸ ਫਟ ਗਿਆ ਮੈਂ ਤੁਰਿਆ ਜਾਵਾਂ ਪਿੰਡ ਵਿੱਚ ਅਤੇ ਗਰਮ ਪੱਟੀ ਤਾਂ ਆਪਣੇ ਹਰੇਕ ਦੇ ਘਰੇ ਹੁੰਦੀ ਨਹੀਂ ਗੀ ਕੇਸਰੀ ਪਰਨਾ ਹਰੇਕ ਦੇ ਘਰੇ ਆ ਮੈਂ ਮੂੰਹ ਮਲ ਕੇ ਅਤੇ ਉੱਤੇ ਬੰਨ ਲਿਆ ਜਦੋਂ ਬੰਨ ਲਿਆ ਅਤੇ ਮੈਂ ਪਿੰਡ ਵਿੱਚ ਤੁਰਿਆ ਜਾਵਾਂ ਮੈਨੂੰ ਇੱਕ ਬੰਦਾ ਦੇਖ ਕੇ ਕਹਿੰਦਾ ਚਿੱਟੀ ਦਾੜੀ ਵਾਲਾ ਸਿਆਣਾ ਪੈਣਾ ਟੀਕਾ ਗਲਤ ਲੱਗ ਗਿਆ ਲੱਗਦਾ ਕਹਿਣ ਦਾ ਮਤਲਬ ਹਜੇ ਤੱਕ ਕਈਆਂ ਦੀ ਆਦਤ ਜਾਂਦੀ ਨਹੀਂ ਬਥੇਰੇ ਲੋਕ ਕਹਿੰਦੇ ਪਰ ਝੱਲਣਾ ਬਹੁਤ ਔਖਾ ਹੋ ਜਾਂਦਾ ਹੈ ਨਾ ਬਈ ਹੁਣ ਝੱਲਣ ਦੀ ਗੱਲ ਇਹ ਆ ਕਿ ਦੇਖੋ ਜਦੋਂ ਆਪਾਂ ਉਦੋਂ ਝੱਲ ਲਿਆ ਹੁਣ ਨਹੀਂ ਕੋਈ ਔਖਾ ਠੀਕ ਹੈ ਨਾ ਹੁਣ ਕਈ ਬੰਦੇ ਕਹਿ ਦਿੰਦੇ ਆ ਬਈ ਚਿੱਟੇ ਅਤੇ ਪਾਕਿਸਤਾਨ ਕਲਮਾ ਪੜ੍ਹ ਕੇ ਭੇਜਦਾ ਇਹ ਤਾਂ ਜਿਹੜੇ ਗਲ ਵਿੱਚ ਦੀ ਲੰਘ ਗਿਆ ਗਲ ਨਵਾਂ ਲਵਾਉਣਾ ਪੈ ਜੂ ਇਹ ਨਹੀਂ ਛੁੱਟਦਾ ਠੀਕ ਹੈ ਨਾ ਮਤਲਬ ਕਈ ਹਜੇ ਵੀ ਕਹਿ ਦਿੰਦੇ ਆ ਅਮਲੀ ਨਸ਼ੇੜੀ ਕੋਈ ਕੀ ਕਹਿ ਦਿੰਦਾ ਕੋਈ ਕੀ ਕਹਿ ਦਿੰਦਾ ਕਈ ਇੰਟਰਵਿਊ ਆ ਮੇਰੀਆਂ ਨੈੱਟ ਦੇ ਉੱਤੇ ਉਹਨਾਂ ਥੱਲੇ ਕਈ ਕਮੈਂਟ ਕਰ ਦਿੰਦੇ ਨਹੀਂ ਕਿੱਥੇ ਛੱਡਿਆ ਹੋਣਾ ਫਲਾਨਾ ਇਹ ਨਹੀਂ ਮੁੜ ਕੇ ਬੰਦੇ ਬਣਦੇ ਚਿੱਟੇ ਵਾਲੇ ਫਲਾਨਾ ਉਹਨਾਂ ਬੰਦਿਆਂ 'ਤੇ ਗੁੱਸਾ ਨਹੀਂ ਚੜ੍ਹਦਾ ਉਹਨਾਂ 'ਤੇ ਤਰਸ ਆਉਂਦਾ ਵਾ ਜਿਵੇਂ ਹੁਣ ਬਾਈ ਤੁਸੀਂ ਹੋ ਤੁਹਾਡੀ ਉਮਰ ਆ ਨਾ ਹੁਣ ਜੇ ਆਪਾਂ ਕਹਿ ਦਈਏ ਵੀ ਤੁਹਾਨੂੰ ਸ਼ਾਹਰੁਖ ਖਾਨ ਬਾਰੇ ਪਤਾ ਨਹੀਂ ਤੁਹਾਡੇ 'ਤੇ ਤਰਸ ਆਊਗਾ ਵੀ ਯਾਰ ਹਜੇ ਤੱਕ ਇਹਨੇ ਬੰਦੇ ਨੇ ਫਿਲਮਾਂ ਹੀ ਨਹੀਂ ਦੇਖੀਆਂ ਉਵੇਂ ਉਹ ਬੰਦਿਆਂ 'ਤੇ ਤਰਸ ਆਉਂਦਾ ਵਾ ਵੀ ਇਹਨਾਂ ਨੇ ਰੱਬ ਦੀ ਤਾਕਤ ਹੀ ਨਹੀਂ ਦੇਖੀ ਗੀ ਇਹਨਾਂ ਨੂੰ ਰੱਬ 'ਤੇ ਭਰੋਸਾ ਹੀ ਹੈ ਨਹੀਂ ਗਾ ਵੀ ਰੱਬ ਜਦੋਂ ਛਡਾਉਣ 'ਤੇ ਆ ਜਾਂਦਾ ਨਾ ਮਿੱਤਰਾਂ ਉਹ ਸਾਰਾ ਕੁਛ ਹੀ ਛਡਾ ਲੈਂਦਾ ਵਾ ਸਹੀ ਇਹਨਾਂ ਨੂੰ ਚਿੱਟਾ ਵੱਡਾ ਲੱਗੀ ਜਾਂਦਾ ਰੱਬ ਨਾਲ ਤਾਂ ਕਰਕੇ ਉਹਨਾਂ 'ਤੇ ਤਰਸ ਆਉਂਦਾ ਜੇ ਕੋਈ ਕਹਿ ਵੀ ਜਾਂਦਾ ਨਾ ਅਮਲੀ ਉਮਲੀ ਠੀਕ ਆ ਬਾਈ ਤੂੰ ਰਾਂਝਾ ਰਾਜੀ ਰੱਖ ਇੱਕ ਦੂਜਾ ਪੱਖ ਹੈ ਕਿ ਤੁਸੀਂ ਛੱਡਿਆ ਗੱਲਾਂ ਦੂਰ ਦੂਰ ਤੱਕ ਪਹੁੰਚੇ ਅੱਜ ਅਸੀਂ ਪਹੁੰਚੇ ਬਥੇਰਾ ਮੀਡੀਆ ਤੁਹਾਡੇ ਕੋਲ ਸਮੇਂ ਸਮੇਂ 'ਤੇ ਆਉਂਦਾ ਕੁਛ ਲੋਕ ਵੀ ਆਏ ਕੁਛ ਮਾਪੇ ਵੀ ਆਏ ਜਾਂ ਉਹਨਾਂ ਦੀਆਂ ਗੱਲਾਂ ਆਈਆਂ ਕਿ ਯਾਰ ਸਾਡੇ ਵੀ ਧੀ ਪੁੱਤ ਨੂੰ ਛੜਾ ਬਿਲਕੁਲ ਜੀ ਬਹੁਤ ਇਹ ਤਾਂ ਮਤਲਬ ਹਰ ਰੋਜ਼ ਦਾ ਸਿਲਸਿਲਾ ਵਾ ਚੱਲਦਾ ਰਹਿੰਦਾ ਵਾ ਕਈ ਮਤਲਬ ਗੱਡੀ 'ਤੇ ਬਿਠਾ ਕੇ ਘਰੇ ਵੀ ਲੈ ਆਉਂਦੇ ਆ ਕਾਉਂਸਲਿੰਗ ਵੀ ਕਰੋ ਇਹਦੀ ਇੱਦਾਂ ਕਰੋ ਉਹ ਮੇਰੀ ਕਾਉਂਸਲਿੰਗ ਮਤਲਬ ਕਈਆਂ ਦੇ ਕੰਮ ਆ ਜਾਂਦੀ ਹੈ ਕਈਆਂ ਦੇ ਘੰਟਾ ਕਸਰ ਕਰਦੀ ਹੈ ਜਦੋਂ ਤੋੜ ਗੇੜਾ ਪਾਉਂਦੀ ਹੈ ਨਾ ਉਦੋਂ ਸਭ ਕੁਝ ਭੁੱਲ ਜਾਂਦਾ ਸਹੀ ਠੀਕ ਹੈ ਨਾ ਕਿਉਂਕਿ ਜੇ ਕਾਉਂਸਲਿੰਗ ਅਸਰ ਕਰਦੀਆਂ ਹੁੰਦੀਆਂ ਤਾਂ ਮੈਂ ਮੇਰੀ ਕਿਹੜਾ ਕਾਉਂਸਲਿੰਗ ਨਹੀਂ ਕੀਤੀ ਸੀ ਕਿਸੇ ਨੇ ਠੀਕ ਹੈ ਨਾ ਇਹ ਤਾਂ ਥੋੜ੍ਹਾ ਜਿਹਾ ਬਸ ਵੀ ਮਨ ਬਣਾਉਣ ਦੀ ਗੱਲ ਹੈ ਮਨ ਬਣਾ ਕਿਉਂਕਿ ਹੁਣ ਜੇ ਮੈਂ ਇੱਥੇ ਢੁੱਡੀ ਕੇ ਖੜਾ ਅਤੇ ਆਥਣ ਤੱਕ ਜਗਰਾਉਂ ਜਗਰਾਉਂ ਕਰੀ ਜਾਵਾਂ ਪਹੁੰਚਿਆ ਨਹੀਂ ਨਾ ਜਾਣਾ ਇੱਕ ਤਰੀਕਾ ਫੜਨਾ ਪਊ ਜਾਂ ਮੋਟਰਸਾਈਕਲ ਅਤੇ ਜਾਂ ਬੱਸ ਫੇਰ ਹੀ ਪਹੁੰਚਿਆ ਜਾਣਾ ਉਹ ਵੀ ਨਸ਼ਾ ਛੱਡ ਤਾਂ ਸਾਈਕਲ ਵੀ ਛੂਕਦਾ ਜਾਊ ਹਾਂ ਉਹ ਤਾਂ ਸਾਈਕਲ ਵੀ ਛੂਕਦਾ ਜਾਊ ਕਹਿਣ ਦਾ ਮਤਲਬ ਇਹ ਹੈ ਵੀ ਨਸ਼ਾ ਛੱਡਣ ਦੀ ਇਕੱਲੀ ਇੱਛਾ ਕੰਮ ਨਹੀਂ ਕਰਦੀ ਇੱਕ ਤਰੀਕਾ ਜਿਹੜਾ ਉਹ ਫੋਲੋ ਕਰਨਾ ਪੈਂਦਾ ਉਵੇਂ ਹੁਣ ਉਹ ਤਰੀਕਾ ਜਿਵੇਂ ਹੁਣ ਫੋਨ ਆ ਜਾਂਦੇ ਆ ਜਿੱਦਾਂ ਵੀ ਮਤਲਬ ਕੋਈ ਸਮਝਦਾ ਵਾ ਆਪਾਂ ਉਸੇ ਤਰੀਕੇ ਨਾਲ ਉਹਨਾਂ ਨੂੰ ਸਮਝਾ ਦਈਦਾ ਵੀ ਇਹਦਾ ਇਲਾਜ ਇਸ ਤਰ੍ਹਾਂ ਕਰਾ ਲਓ ਜੇ ਇਸ ਸਟੇਜ 'ਤੇ ਆ ਤਾਂ ਇੱਦਾਂ ਕਰ ਲਓ ਨਹੀਂ ਇਹਨੂੰ ਇੱਥੇ ਲੈ ਕੇ ਜਾਓ ਠੀਕ ਹੈ ਕਿਸੇ ਸੰਸਥਾ ਨਾਲ ਜੋੜਤਾ ਜਾਂ ਕਿਸੇ ਰੀਹੈਬ ਭੇਜਤਾ ਇੱਦਾਂ ਇਹ ਚੀਜ਼ ਅਤੇ ਅੱਜ ਕੱਲ੍ਹ ਕਰ ਕੀ ਰਹੇ ਹੋ ਅੱਜ ਕੱਲ੍ਹ ਫਿਲਹਾਲ ਮੇਰਾ ਫਾਈਨੈਂਸ ਦਾ ਮੋਗੇ ਉੱਥੇ ਕੰਮ 'ਤੇ ਆ ਅਤੇ ਉੱਦਾਂ ਜਾਣੀ ਕਿ ਜ਼ਿਆਦਾਤਰ ਮੇਰਾ ਇਸੇ ਪਿੰਡਾਂ ਦੇ ਵਿੱਚ ਸੈਮੀਨਾਰ ਹੋ ਗਏ ਕਲੱਬਾਂ ਵਾਲੇ ਸੈਮੀਨਾਰ ਹੋ ਗਏ ਸਕੂਲਾਂ ਕਾਲਜਾਂ ਦੇ ਵਿੱਚ ਹੋ ਗਏ ਟ੍ਰੈਫਿਕ ਐਜੂਕੇਸ਼ਨ ਸੈੱਲ ਵਾਲੇ ਆ ਜਿਹੜੇ ਮੋਗੇ ਪੁਲਿਸ ਮਹਿਕਮਾ ਉਹਨਾਂ ਨਾਲ ਮੇਰੇ ਸੈਮੀਨਾਰ ਹੁੰਦੇ ਆ ਅਤੇ ਜਾਂ ਰੀਹੈਬ ਸੈਂਟਰਾਂ ਵਿੱਚ ਮਤਲਬ ਹਜੇ ਤੁਹਾਨੂੰ ਕੋਈ ਬੁਲਾਉਣਾ ਚਾਹੇ ਕਿਤੇ ਚੱਲ ਜਾਂਦਾ ਹਾਂਜੀ ਮੈਂ ਚੱਲ ਜਾਂਦਾ ਮੈਂ ਪੈਸੇ ਨਹੀਂ ਕਦੇ ਕਿਸੇ ਤੋਂ ਲੈਂਦਾ ਮਤਲਬ ਆਪਦਾ ਪਹੁੰਚ ਜਾਈਦਾ ਵਾ ਘਰ ਕੌਣ ਕੌਣ ਹੁਣ ਬਾਈ ਮੈਂ ਅਤੇ ਮੇਰੀ ਦਾਦੀ ਉਹ ਹੈਗੀ 90-92 ਸਾਲ ਦੇ ਸਰਦਾਰਨੀ ਕਦੋਂ ਆ ਰਹੀ ਆ ਸਰਦਾਰਨੀ ਵੀ ਆ ਜੂਗੀ ਜੀ ਹਜੇ ਹੁਣ ਮਤਲਬ ਜ਼ਿੰਦਗੀ ਸੈੱਟ ਹੋਈ ਆ ਨਾ ਹਜੇ
ਸਿੱਧੀ ਜੀ ਗੱਲ ਆ ਵੀ ਹਜੇ ਆਹ ਪਾਸਾ ਸੈੱਟ ਕਰਨ ਵਾਲਾ ਪੈਂਡਿੰਗ ਪਿਆ ਵਾ, ਇਹ ਵੀ ਆ ਜਾਣਾ ਬੰਦਾ, ਜਲਦੀ ਆਊਗਾ ਜੀ। ਚਲੋ ਵਧੀਆ ਗੱਲ ਹੈ ਉਮੀਦ। ਹੁਣ ਸਿਕੰਦਰ ਆਪਦੀਆਂ ਨਜ਼ਰਾਂ 'ਚ ਕੀ ਹੈ? ਸਿਕੰਦਰ ਮੈਂ ਆਪਦੀਆਂ ਨਜ਼ਰਾਂ ਵਿੱਚ, ਮੈਂ ਨਾ ਤਾਂ ਮਹਾਨ ਹਾਂ ਜੀ, ਨਾ ਮੈਂ ਕੋਈ ਹੋਰ ਹਾਂ। ਮੈਂ ਪਹਿਲਾਂ ਆਪਦੀ ਦਾਦੀ ਦਾ ਦੁਸ਼ਮਣ ਸੀ ਅਤੇ ਹੁਣ ਮੈਂ ਆਪਦੀ ਦਾਦੀ ਦਾ ਪੋਤ ਹਾਂ, ਬਸ ਇੰਨਾ ਕੀ। ਦਾਦੀ ਘਰੇ ਆ ਹੁਣ? ਦਾਦੀ ਘਰੇ ਚਲੀ ਆਪਾਂ। ਚਲੋ ਬਿਲਕੁਲ ਜੀ। ਇਸ ਵਕਤ ਅਸੀਂ ਸਿਕੰਦਰ ਦੇ ਘਰ ਹਾਂ ਕਿਉਂਕਿ ਦਾਦੀ ਨੂੰ ਮਿਲਣਾ ਸੀਗਾ ਅਤੇ ਆਪਾਂ ਗੱਲ ਕਰ ਰਹੇ ਹਾਂ ਸਿਕੰਦਰ ਹੋਰਾਂ ਦੇ ਦਾਦੀ ਜੀ ਨਾਲ। ਬੇਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੁੱਤ, ਸਤਿ ਸ਼੍ਰੀ ਅਕਾਲ। ਪੋਤਾ ਕਿਵੇਂ ਹੁਣ ਤੁਹਾਡਾ? ਪੋਤਾ ਮੇਰਾ ਬਹੁਤ ਨੇਕ ਹੈ, ਬਹੁਤ ਨੇਕ ਹੈ। ਹਾਂ, ਬੰਦਾ ਕਦੋਂ ਕੁ ਬਣ ਗਿਆ ਸੀ ਇਹ? ਫਿਰ ਇਹ ਬੰਦਾ ਬਣ ਗਿਆ, ਬਣਾਇਆ ਸਾਡਾ ਬਣ ਗਿਆ। ਉਹ ਜੋਤ ਮਾਰੇ ਫਿਰ? ਹਾਂ ਮਾਰੇ, ਫਿਰ ਜੋਤ ਮਾਰੇ। ਇਹ ਤਾਂ ਫਿਰ ਅਖੀਰ 'ਤੇ ਆ ਕੇ ਨਾ, ਪਿਛਲੇ ਦਿਨ ਜੋ ਅਸੀਂ ਦੇਣੋਂ ਹਟ ਗਏ ਨਾ, ਅਤੇ ਇੰਨਾ ਕਹਿੰਦਾ ਮੈਨੂੰ ਫੜਾ ਤਾ ਬੇਬੇ, ਮੈਂ ਰਾਤ ਨੂੰ ਖਾ ਨਾ ਲਵਾਂ ਕਿਤੇ। ਬੰਦਾ ਬਣ ਗਿਆ, ਸੋਹਣਾ ਬਣ ਗਿਆ ਮੇਰਾ ਪੋਤਾ। ਸ਼ੁਕਰ ਹੈ ਮਾਂ ਨਾਲ, ਸ਼ੁਕਰ ਹੈ। ਹੁਣ ਕੋਈ ਸੰਸਾ ਤਾਂ ਨਹੀਂ? ਨਾ ਹੁਣ ਨਹੀਂ ਮੈਨੂੰ ਕੋਈ ਸੰਸਾ। ਫਿਰ ਨੌਂ ਕਦੋਂ ਲਿਆਉਣੀ ਹੈ? ਨੌਂ ਤਾਂ ਉਹਦੀ ਮਰਜ਼ੀ ਹੈ, ਜਦੋਂ ਮਰਜ਼ੀ ਲਿਆਵੇ ਨੌਂ ਦਾ ਤਾਂ ਕੋਈ ਖੁੱਲ੍ਹੀ ਖੇਡ ਹੈ। ਸੇਵਾ ਸੁਵਾ ਕਰਦਾ ਤੁਹਾਡੀ? ਹਾਂ ਸੇਵਾ ਬਹੁਤ ਕਰਦਾ, ਸੇਵਾ ਤਾਂ ਮੇਰੀ ਰੱਖੀ ਵੀ ਹੈ। ਅੱਛਾ। ਹਾਂ ਉਹਨੂੰ ਆਹਦਾ ਵੀ ਮੇਰੀ ਦਾਦੀ ਦੀ ਸੇਵਾ ਪੂਰੀ ਕਰਨੀ ਆ, ਜਦੋਂ ਮੈਂ ਬਾਹਰ ਗਿਆ ਉਹਨਾਂ ਦਾਦੀ ਦੇ ਕੋਲੇ ਪੈਣਾ, ਇੱਥੇ ਹੀ ਪੈਂਦੀ ਫਿਰ ਮੇਰੇ ਕੋਲੇ। ਹਾਂ ਬਹੁਤ ਸੇਵਾ ਕਰਦੇ ਆ। ਇਹ ਸਿਕੰਦਰ ਦਾ ਘਰ ਹੈ, ਜੇ ਦੂਜੇ ਸ਼ਬਦਾਂ 'ਚ ਕਹੀਏ ਤਾਂ ਸਿਕੰਦਰ ਦੀ ਸਲਤਨਤ ਹੈ, ਉਹ ਸਿਕੰਦਰ ਜਿਹੜਾ ਸਾਰਾ ਕੁਛ ਗਵਾ ਚੁੱਕਿਆ ਸੀ ਪਰ ਅੱਜ ਸਾਡੇ ਵਾਸਤੇ, ਸਮਾਜ ਵਾਸਤੇ ਬੜਾ ਕੁਛ ਕਮਾ ਰਿਹਾ, ਕਿਉਂਕਿ ਹੌਸਲਾ ਹੁੰਦਾ, ਹਿੰਮਤ ਹੁੰਦੀ ਹੈ ਕਿਸੇ ਵੀ ਚੀਜ਼ ਨਾਲ ਟੱਕਰ ਲੈਣ ਦੀ। ਨਸ਼ਾ ਸੱਤਾ ਦਾ ਹੋਵੇ, ਸ਼ੌਹਰਤ ਦਾ ਹੋਵੇ ਜਾਂ ਕਿਸੇ ਹੋਰ ਚੀਜ਼ ਦਾ, ਬੜਾ ਔਖਾ ਹੁੰਦਾ, ਲੈਂਦਾ ਵੀ ਬੜਾ ਔਖਾ ਹੈ, ਪਰ ਜਿਹੜਾ ਨਸ਼ਾ ਇਹਨੇ ਲਾਇਆ ਸੀ ਉਹ ਤਾਂ ਘਰ ਮੁੱਦੇ ਮਾਰ ਦਿੰਦਾ, ਪਰ ਕਿਤੇ ਨਾ ਕਿਤੇ ਸਿਕੰਦਰ ਉਸ ਰਾਹ ਤੋਂ ਮੁੜਿਆ ਅਤੇ ਲੱਗਦਾ ਕਿ ਜ਼ਿੰਦਗੀ ਦੀ ਜੰਗ ਦੇ ਨਾਲ ਹੁਣ ਜਿੱਤਣ ਦਾ ਜਿਹੜਾ ਰਾਹ ਹੈ ਉਹ ਉਹਨੇ ਅਖਤਿਆਰ ਕਰ ਲਿਆ ਅਤੇ ਜਿੱਤਣ ਦੇ ਰਾਹ ਦੇ ਉੱਤੇ ਤੁਰ ਪਿਆ ਇਹ ਸਿਕੰਦਰ ਢੁੱਡੀ ਗਿਆਂ ਵਾਲਾ।